के अपने शो स्टार्स पर जहां पर पर हम हम करते हैं 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 आप ही ही के के कुछ फेवरेट से से स्वैग और भरी बाते। और बातें दिखाते हैं आपको उनकी एक अलग साइड तो करते हैं तो चलिए शुरुआत मेरे यानी कल्याणी साथ तो आज जिस सिंगर मुलाकात करने वाले हैं। उनका हमारे पंजाबी इंडस्ट्री मतलब ही ही दिए हमारी इंडस्ट्री को। जी, मैं बात कर रही ਕੈਸੇ ਹੋ ਆਪ ਬਹੁਤ ਵਧੀਆ ਮੈਂ ਤੁਹਾਨੂੰ ਦੱਸਾਂ ਉਹ ਕਿਹਦਾ ਲੱਗ ਰਿਹਾ ਸ਼ੋਅ ਪਰ ਆ ਕੇ ਸ਼ੋਅ ਬਹੁਤ ਵਧੀਆ ਲੱਗ ਗਿਆ ਅੱਜ ਸ਼ੋਅ ਤੇ ਅੱਛਾ ਤਾਂ ਉਹਨਾਂ ਵੈਸੇ ਗੁਜਾਇਜ਼ ਮੈਂ ਨਾ ਬਹੁਤ ਜ਼ਿਆਦਾ ਕੰਫਿਊਜ਼ ਹੋ ਜਾਂਦੀ ਹਾਂ ਪੁੱਛੋ ਕਿਉਂ ਕਿਉਂ ਜੀ ਐਕਚੁਅਲੀ ਬਾਤ ਇਹ ਹੈ ਕਿ ਆਪ ਹਮੇਸ਼ਾ ਸੇ ਬੀਟ ਸੌਂਗਸ ਦਿੰਦੇ ਹੋ ਇੰਡਸਟਰੀ ਕੋ ਜੈਸੇ ਕਿ ਮੈਂ ਪਹਿਲੇ ਵੀ ਬਤਾਇਆ ਤਾਂ ਤੁਹਾਡਾ ਲੇਟੈਸਟ ਸੌਂਗ ਰਹਾ ਪੁੱਛਣਾ ਹਾਂ ਜੀ ਉਹ ਸੈਡ ਸੌਂਗ ਰਹਾ ਤਾਂ ਇਹ ਕਿਵੇਂ ਹੋਇਆ ਉਹ ਅਸਲ ਚ ਜਿਵੇਂ ਤੁਸੀਂ ਕੰਫਿਊਜ਼ ਹੋ ਵੀ ਸਾਰੇ ਜਣੇ ਕਹਿੰਦੇ ਸੀਗੇ ਜੇ ਮਿਲਦੇ ਸੀ ਜਿਹੜੇ ਸ਼ੋਅਸ ਤੇ ਫੈਨਸ ਮਿਲਦੇ ਸੀ ਜਾਂ ਮੱ ਤੇ ਵੀ ਹੁਣ ਡਿਫਰੈਂਟ ਕਰੀਏ ਕਿਉਂਕਿ ਇਦਾਂ ਹੁੰਦਾ ਵੀ ਹਰੇਕ ਤਰ੍ਹਾਂ ਦਾ ਗੀਤ ਗਾਇਆ ਜਾਵੇ ਬੀਟ ਐ ਰੋਮੈਂਟਿਕ ਐ ਰੋਮੈਂਟਿਕ ਬੀਟ ਰੋਮੈਂਟਿਕ ਕੀਤਾ ਹੀ ਸੀਗਾ ਅਸੀਂ ਯਾਰੀ ਤੇਰੀ ਗਾਏ ਸੀਗਾ ਜਦੋਂ ਤੇ ਉਸ ਤੋਂ ਬਾਅਦ ਸਾਈਡ ਰਹਿ ਗਿਆ ਸੀ ਮੈਂ ਚਲੋ ਆ ਵੀ ਕਰਕੇ ਦੇਖ ਲੈਂਦੇ ਆ ਮਤਲਬ ਕਿ ਨਵੇਂ ਨਵੇਂ ਐਕਸਪੈਰੀਮੈਂਟ ਕਰਦੇ ਰਵਾਂਗੇ ਅੱਛਾ ਤੋ ਇੱਕ ਡਰ ਹੁੰਦਾ ਹੈ ਨਾ ਮਨ ਵਿੱਚ ਕਿ ਹਮੇਸ਼ਾ ਸੇ ਬੀਟ ਸੌਂਗਸ ਦੀ ਇੰਡਸਟਰੀ ਕੋ ਹਮੇਸ਼ਾ ਸੇ ਉਸੇ ਕੇ ਅੰਦਰ ਆਪकी ਫੈਨ ਫਾਲੋਇੰਗ ਰਹੀ ਤੋ ਇੱਕ ਡਰ ਹੁੰਦਾ ਹੈ ਮਨ ਵਿੱਚ ਕਿ ਯਾਰ ਇਹ ਗਾਣਾ ਚਲੇਗਾ ਜਾਂ ਨਹੀਂ ਚਲੇਗਾ ਤੋ ਵੋ ਡਰ تھا ਕਿ ਗੁਰਜੈਸ ਦੇ ਮਨ ਵਿੱਚ ਨਾ ਗਾਣੇ ਚੱਲਣਾਂ ਚੱਲਣ ਦਾ ਡਰ ਨਹੀਂ ਸੀਗਾ ਉਦਾਂ ਸੀਗਾ ਥੋੜਾ ਜਿਹਾ ਵੀ ਪਹਿਲੀ ਵਾਰ ਆ ਰਿਹਾ ਵੀ ਲੋਕ ਅਸੈਪਟ ਕਰਨਗੇ ਪਤਾ ਨਹੀਂ ਨਹੀਂ ਕਰਨਗੇ ਕਿਉਂਕਿ ਹਰੇਕ ਨੂੰ ਇਹ ਮੇ ਆਪਣੀ ਇੰਡਸਟਰੀ 'ਚ ਬੰਦੇ ਦੀ ਇਮੇਜ ਬਣ ਜਾਂਦੀ ਹੈ ਵੀ ਵੀ ਬਾਈ ਦੀ ਇਮੇਜ ਇਹ ਹੈ ਬਾਈ ਦੀ ਇਮੇਜ ਇਹ ਹੈ ਬਾਈ ਆ ਗਾਣੇ ਕੋ ਹੁੰਦਾ ਭਾਈ ਆ ਗਣ ਤਾਂ ਕਰਕੇ ਥੋੜਾ ਜਿਹਾ ਸੀ ਮਨ 'ਚ ਬਾਕੀ ਆਪਣੇ ਫੈਨਸ ਤੇ ਭਰੋਸਾ ਹੀ ਸੀਗਾ ਵੀ ਇਹ ਅਸੈਪਟ ਕਰਨਗੇ ਮਤਲਬ ਫੈਨਸ 'ਤੇ ਅਗਰ ਭਰੋਸਾ تھا ਤਾਂ ਕੀ ਉਹ एकदम ਸਹੀ ਰਹਾ ਮਤਲਬ ਫੈਨਸ ਨੇ ਉਨਾ ਹੀ ਪਿਆਰ ਜੀਆ ਜਿੰਨਾ ਪਹਿਲੇ ਦਿਆ ਕਰਦੇ تھے ਹਾਂ ਉਸ ਤੋਂ ਵੀ ਵੱਧ ਪਿਆਰ ਦਿੱਤਾ ਗਣੇ ਇਸ ਗਣੇ ਨੂੰ ਪਿਛਲੇ ਨਾਲੋਂ ਵੀ ਉਮੀਦ ਨਾਲੋਂ ਵੱਧ ਪਿਆਰ ਦਿੱਤਾ ਸਾਰਿਆਂ ਨੇ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ اچھا ਅਗਰ ਅਸੀਂ ਗੁਜੈਸ ਦੀ ਗੱਲ ਕਰੇ ਜੋ ਪਰਸਨਲ ਉਨਕੀ opinion ਰਹਤੀ ਹੈ ਤਾਂ ਉਹ ਕੀ ਰਹਤੀ ਹੈ ਕਿ ਉਹਨੇ ਬੀਟ ਸੌਂਗ ਜ਼ਿਆਦਾ ਪਸੰਦ ਰਹਤੇ ਹੈ ਜਾਂ ਫਿਰ ਸਾਇਡ ਮੈਨੂੰ ਸਾਰੇ ਹੀ ਵਧੀਆ ਲੱਗਦੇ ਨੇ ਬੀਟ ਵੀ ਸਾਇਡ ਵੀ ਰੋਮਾਂਟਿਕ ਵੀ ਸਮਾਂ ਹੁੰਦਾ ਹੈਗਾ ਇੱਕ ਜਿਵੇਂ ਸਟੇਜ ਤੇ ਸਟੇਜ ਤੇ ਹੁੰਨੇ ਆ ਜਦੋਂ ਉਦੋਂ ਅਸੀਂ ਆਪਣੇ ਲਈ ਘੱਟ ਲੋਕਾਂ ਲਈ ਜ਼ਿਆਦਾ ਗਾਰੇ ਹੁੰਨੇ ਆਗੇ ਤੇ ਉਦੋਂ ਬੀਟ Song ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂ ਜਦੋਂ ਅਸੀਂ ਇਕੱਲੇ ਹੀ ਬੈਠੇ ਹਾਂ ਕਿਤੇ ਰੂਮ 'ਚ ਬੈਠੇ ਹਾਂ ਜਾਂ ਉਹ ਬੈਠੇ ਹਾਂ ਉੱਥੇ ਫਿਰ ਬੀਟ ਬੂਟ ਆਪਾਂ ਨਹੀਂ گا ਸਕਦੇ ਕਿਉਂਕਿ ਆਪਾਂ ਆਪਣੇ ਲਈ ਗਾਉਣਾ ਉਦੋਂ ਸੈਡ ਰੋਮਾਂਟਿਕ ਜਾਂ ਕੁਝ ਵੀ ਸਾਰੇ ਵਧੀਆ ਲੱਗਦੇ ਮੈਨੂੰ ਅੱਛਾ ਤਾਂ ਮਤਲਬ ਇੱਕ ਤਰ੍ਹਾਂ ਸੇ ਮਤਲਬ ਮੈਂ ਬੋਲ ਸਕਦੀ ਹਾਂ ਕਿ ਗੁਰਜੈਸ ਦੇ ਉੱਪਰ ਜੋ ਇੱਕ ਟੈਗ ਹੈ ਕਿ ਹਮੇਸ਼ਾ ਬੀਟ Song ਹੀ ਕਰਦੇ ਨੇ ਜਿਵੇਂ ਸੇ ਆਪਨੇ ਪਹਿਲੇ ਬੋਲਾ ਕਿ ਫੈਨਸ ਮਤਲਬ ऐसे ही मतलब पसंद करते हैं तो कह सकते हैं कि गुजज उस टैग से बाहर आना चाहते हैं कहीं ना कहीं कि नहीं सिर्फ बी सॉन्ग्सनी में और भी कर सकता हूं नहीं आगे टैग तो बाहर आ गए ऑलरेडी क्योंकि जो उसने हौसले गीत कीता सीगा वो भी बिल्कुल जॉनर तो बिल्कुल हट के सीगा इंस्पिरेशनल सॉन्ग सीगा बहुत पसंद कीता उन्होंने भी सारे सरोते ने उसदू बाद यारी तेरी वो भी रोमांटिक बीट सीगा आ सैड आ गया आगे फिर एक मतलब कि रोमांटिक ही लाइनअप होया पे मतलब कि हर तरह के गाने हैं अपने अच्छा गुजज ਨਾਮ ਬੜਾ ਨਾ ਕੂਲ ਸ ਹੈ ਕਿਸ ਨੇ ਰੱਖਾ ਇਹ ਗਰਜੈਜ਼ ਨਾਮ ਇਹ ਆਪ ਹੀ ਸਾਰਿਆਂ ਨੇ SLAASDU JI ਕਰਕੇ ਰੱਖ ਲਿਆ ਕਿਉਂਕਿ ਉਹਦਾ ਨਾਮ ਮੇਰਾ ਗੁਰਦੀਪ ਆ ਗਿਆ ਅੱਛਾ ਗੁਰਦੀਪ ਸਿੰਘ ਹਾਂਜੀ ਤੇ ਫਿਰ ਆ ਜਦੋਂ ਇੰਡਸਟਰੀ ਚ ਆਉਣ ਲੱਗਿਓ ਕਹਿੰਦੇ ਕੁਝ ਐਦਾਂ ਦਾ ਨਾਮ ਕਰਦੇ ਆ ਜਿਹੜਾ ਵੀ ਕੈਚੀ ਹਾਂ ਕੈਚੀ ਜਿਹਾ ਨਾਮ ਹੋਵੇ ਜਿਹੜਾ ਬੱਸ ਫਿਰ ਬਣਦਾ ਬਣਦਾ ਗੁਰਦੀਪ ਤੋਂ ਗਰਜੈਜ਼ ਬਣ ਗਿਆ ਅੱਛਾ ਮਤਲਬ ਪੇਰੈਂਟਸ ਨੇ ਇਸ ਵਿੱਚ ਕੁਝ ਨਹੀਂ ਮੋਲਿਆ ਕਿ ਯਾਰ ਇਤਨਾ ਵੱਡਾ ਕੰਮ ਕਰਨੇ ਜਾ ਰਹੇ ਹੋ ਨਾਮ ਬਦਲ ਕੇ ਕੰਮ ਕਰਨਾ ਉਹਨਾਂ ਨੂੰ ਵੀ ਪਤਾ ਹੀ ਲੱਗਿਆ ਥੱਲੇ ਬਾਜੋਂ ਅੱਛਾ ਜਿਵੇਂ ਗੁਰਜੈਤ ਆਪਨੇ ਪੋਸਟ ਗ੍ਰੈਜੂਏਸ਼ਨ ਕੀਤੀ ਹਾਂਜੀ ਉਹ ਆਪਨੇ 뮤직 ਮੇ ਪੀਯੂ ਸੇ ਕੀਤੀ ਨਹੀਂ ਸਿੱਖੀ ਹੈ ਨਾ ਤਾਂ ਕੀ ਮਤਲਬ ਗੁਰਜੈਤ ਨੇ ਪਹਿਲੇ ਸੇ ਹੀ ਸੋਚ ਕਰ ਰੱਖਾਤਾ ਕਿ ਹਮਨੇ ਸਿੰਗਿੰਗ ਗਲੈਂਡ ਮੇ ਹੀ ਜਾਣਾ ਹੈ ਮੈਂ ਮਤਲਬ ਕਾਫੀ ਜਦੋਂ 3 4 ਜਾਂ 5 ਸਾਲ ਹੋਊਗਾ ਜਾਂ ਉਦੋਂ ਵੀ ਪਹਿਲਾਂ ਮੈਂ ਆਪਣੇ ਸੁਰਤ ਜਿਹਨੂੰ ਆਪ ਕਹਿੰਦੇ ਆਂ ਵੀ ਸੁਰਤ ਸੰਭਲਣ ਤੋਂ ਪਹਿਲਾਂ ਦਾ ਗਾਉਂਦਾ ਆ ਰਹਾਗਾ ਜਦੋਂ ਫਰਸਟ ਸਟੈਂਡਰਡ ਜਾਂ ਸੈਕਿੰਡ ਸਟੈਂਡਰਡ ਦੇ ਵਿੱਚ ਸੀਗੇ ਉਦੋਂ ਹਰੇਕ ਸੈਟਰਡੇ ਸਾਡੇ ਸਕੂਲ ਦੇ ਵਿੱਚ ਹੁੰਦਾ ਹੁੰਦਾ ਸੀਗਾ ਉਹਨੂੰ ਕੀ ਕਹਿੰਦੇ ਹੁੰਦੇ ਆਪਾਂ ਬਾਲ ਸਭਾ ਕਹਿੰਦੇ ਹੁੰਦੇ ਸੀਗੇ ਉਸਤ ਅੱਛਾ ਤੇ ਉਹ ਮੈਂ ਆਈ ਵਰਗਾ ਹੁੰਦਾ ਹੁੰਦਾ ਸੀਗਾ ਤੇ ਉਹ ਗਾਉਣ ਕਰਕੇ ਸਾਨੂੰ ਨੋਟਬੁੱਕ ਫ੍ਰੀ ਮਿਲਦੀਆਂ ਹੁੰਦੀਆਂ ਸੀਗੇ ਜਿਹੜਾ ਜਿਹੜਾ ਪਾਰਟਿਸਪੇਟ ਕਰਦਾ ਹੁੰਦਾ ਸੀਗਾ ਅੱਛਾ ਮਤਲਬ ਗੁਜੈਰ ਨੋਟਬੁਕਸ ਲੈਣੇ ਲਈ ਹੋਤਾ ਤਾਂ ਸੀਂਕ ਜਾਂ ਫਿਰ ਸੱਚੇ ਸ਼ੌਕ ਥਾ ਨਾ ਸੱਚੀ ਸ਼ੌਕ ਸੀਗਾ ਉਹ ਮਤਲਬ ਕਿ ਲਾਲਚ ਵੀ ਹੋ ਜਾਂਦਾ ਸੀ ਥੋੜਾ ਜਿਹਾ ਫਿਰ ਅੱਛਾ ਉਹ ਫਿਰ ਉਦੋਂ ਤੋਂ ਹੀ ਗਾਉਂਦੇ 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 ਸ਼ੁਰੂ ਤੋਂ ਹੀ ਮਤਲਬ ਕਿ ਜਦੋਂ ਥੋੜੇ ਜੇ ਥੋ ਵੀ ਗਾਉਣਾ ਹੀ ਕਿਉਂਕਿ ਪੜ੍ਹਾਈ 'ਚ ਬੜਾ ਧਿਆਨ ਹੁੰਦਾ ਨਹੀਂ ਸੀਗਾ। ਅੱਛਾ। ਤਾਂ ਹੀ ਤਾਂ ਹੀ ਇਧਰ 뮤직 ਵਾਲੇ ਫਿਰ ਪਲੱਸ 1 2 ਕੀਤੀ ਫਿਰ ਬੀਏ ਮੈਂ ਮਹਿੰਦਰਾ ਸਰਕਾਰੀ ਮਹਿੰਦਰਾ ਕੋਲ ਚ ਪਟਿਆਲੇ ਤੋਂ ਬੀਏ ਕੀਤੀ ਮੈਂ। ਹੋ ਗਿਆ ਨਾ ਪਹਿਲੇ ਦੇਖੋ ਬੁੱਕਸ ਲੈਣੇ ਲਈ ਗੁਰਜਾਇਸ ਗਾਣੇ ਗਾਤੇ ਰਹੇ। ਫਿਰ ਬਾਅਦ ਵਿੱਚ ਲੱਗਾ ਯਾਰ ਛੋੜਿਆ ਪੜ੍ਹਾਈ ਭੜੀ ਨਹੀਂ ਹੋਗੀ। ਹਮ ਜਾਈਏਂਗੇ ਸਿੰਗਿੰਗ ਲਾਈਨ 'ਮੇਂ। ਨਾ ਪੜ੍ਹਾਈ ਤਾਂ ਕੀਤੀ ਕਿਉਂਕਿ 뮤직 ਦੀ ਥੋੜੀ ਸੌਖੀ ਲੱਗਦੀ ਸੀ ਮੈਨੂੰ। ਹੋਰਾਂ ਲਈ ਤਾਂ ਹੋ ਸਕਦਾ ਬਹੁਤ ਔਖਾ ਹੋਵੇ ਕਿਉਂਕਿ ਮੈਂ ਤਾਂ ਗਾਉਂਦਾ ਸੀ। ਉਹ ਜਿਹੜਾ ਕੰਮ ਬੰਦੇ ਨੂੰ ਆਉਂਦਾ ਉਹ ਉਹ ਉੱਤਵਲ ਫਿਰ ਇੱਥੇ ਪੀਯੂ ਐਡਮਿਸ਼ਨ ਹੋ ਗਈ। ਹੂੰ। ਇੱਥੇ ਐਮਏ ਦੀ ਕੀਤੀ। ਹੂੰ। ਅੱਛਾ ਤੋ ਜੋ ਪਹਿਲਾ ਗਾਣਾ ਰਹਾ ਮਤਲਬ ਔਰ ਆਪਨੇ ਕਹਾ ਕਿ ਆਪ ਬਚਪਨ ਸੇ ਵੀ ਗਾਤੇ ਆ ਰਹੇ ਹੈ। ਇਹ ਇੱਕ ਤਰ੍ਹਾਂ ਸੇ ਸਟਾਰਟਿੰਗ ਹੁੰਦੀ ਹੈ ਨਾ ਗਾਣੇ ਗਾਣੇ ਦੀ ਕਿ ਯਹਾਂ ਸੇ ਗਾਣਾ ਗਾਣਾ ਸ਼ੁਰੂ ਕਰਨਾ ਹੈ ਇਸ ਏਜ ਕੇ ਅੰਦਰ ਇੱਕ ਗਾਣਾ ਆਏਗਾ ਇਸ ਏਜ ਮੇ ਇੱਕ ਗਾਣਾ ਰਿਲੀਜ਼ ਕਰਨਗੇ ਉਸ ਸਭ ਕੀ ਸਟਾਰਟਿੰਗ ਐਸੇ ਰਹੀ। ਮੈਂ ਸ਼ੋਜ਼ ਤਾ ਕਾਫੀ ਛੋਟੀ ਉਮਰ ਚ ਹੀ ਲੌਣ ਲੱਗ ਗਿਆ ਸੀਗਾ। ਤੇ ਆਪਣੇ ਜੜੇ ਮਤਲਬ ਕਿ 7th 8th ਚ ਸੀਗਾ ਜਾਂ ਉਦੋਂ ਵੀ ਪਹਿਲਾਂ ਵੀ ਜਿਹੜੇ ਆਪਣੇ ਪਿੰਡਾਂ ਸ਼ਹਿਰਾਂ ਚ ਆਪਣੇ ਮੇਲੇ ਹੁੰਦੇ ਰਹਿੰਦੇ ਆ ਅਕਸਰ ਸੱਭਿਆਚਾਰਕ ਮੇਲੇ ਕਹੇ ਦਿੰਦੇ ਨੇ ਜਾਂ ਖੇਡ ਮੇਲੇ ਕਹੇ ਦਿੰਦੇ ਆ ਉੱਥੇ ਜਾ ਕੇ ਮੇਰੇ ਫਾਦਰ ਸਾਹਿਬ ਨੇ ਬਹੁਤ ਜ਼ਿਆਦਾ ਸਪੋਰਟ ਰੱਖੀ ਮੈਨੂੰ ਉੱਥੇ ਜਾਂਦੇ ਹੀ ਸੀਗੇ ਅਸੀਂ ਜਾ ਕੇ ਕੋਈ ਹੋਰ ਸਿੰਗਰ ਲੱਗੇ ਹੋਣਾ ਉੱਥੇ ਟਾਈਮ ਲੈ ਲੈਣਾ ਵੀ 2 ਮਿੰਟ 5 ਮਿੰਟ ਦਾ ਟਾਈਮ ਦੇ ਦਿਓ ਹੌਲੀ ਹੌਲੀ 2-5 ਮਿੰਟ ਤੋਂ ਟਾਈਮ ਵਾਧਦਾ 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 ਫਿਰ ਜਦੋਂ ਐਮਈ ਦਾ ਮੇਰਾ ਹਜੇ 4 ਸੈਮੈਸਟਰ ਚੱਲੀ ਜਾਂਦਾ ਸੀਗਾ ਜਦੋਂ ਮੇਰਾ ਪਹਿਲਾ ਗੀਤ ਆਇਆ ਉਹ ਫਿਰ ਪਹਿਲਾ ਗੀਤ ਆਇਆ ਉਹ ਬਧੀਆ ਪਸੰਦ ਕੀਤਾ ਸਾਰਿਆਂ ਨੇ ਉਹ ਚਾ ਚਾ ਚ ਫਿਰ 4 ਸੈਮੈਸਟਰ ਦੇ ਪੇਪਰ ਹੀ ਨਹੀਂ ਦਿੱਤੇ ਅੱਛਾ ਉਹ ਅੱभी ਪੈਂਡਿੰਗ ਹੈ ਉਹ ਹਜੇ ਵੀ ਪੈਂਡਿੰਗ ਹੈਗਾ ਪਿਛਲੇ ਪਿਛਲੇ ਸਾਲ ਦੇਣੇ ਸੀਗੇ ਉਹ ਮਈ ਜੂਨ ਚ ਹੁੰਦੇ ਨੇ 4 ਸੈਮੈਸਟਰ ਦੇ ਪੇਪਰ ਪਿਛਲੇ ਸਾਲ ਦੇਣੇ ਸੀਗੇ ਉਹ ਅੱभी ਵੀ ਦੇਖੋ ਅੱभी ਵੀ ਆਪ ਦੇ ਸਕਦੇ ਹੋ ਅੱभी ਫੇ ਬਾਤ ਕਰ ਲੋ ਤਾਂ ਮੈਂ ਅੱਗੇ ਦੱਸਣ ਲੱਗਾ ਤੁਹਾਨੂੰ ਪਿਛਲੀ ਵਾਰ ਦੇਣੇ ਸੀ ਮੈਂ ਫੀਸ ਫੂਸ ਭਰਤੀ ਸਾਰਾ ਕੁਝ ਕਰਤਾ ਉਹ ਮੇਰਾ ਆਸਟ੍ਰੇਲੀਆ ਦਾ ਟੂਰ ਡਨ ਹੋ ਗਿਆ ਮੈਂ ਆਸਟ੍ਰੇਲੀਆ ਚਲਾ ਗਿਆ ਫੇਰ ਵਿੱਚ ਹੀ ਰਹਿ ਗਏ ਤੇ ਇਸ ਵਾਰ ਫੇਰ ਦੇਣੀ ਸੀਗੀ ਇਸ ਵਾਰ ਸ਼ੂਟਿੰਗਾਂ ਸ਼ਾਟਿੰਗਾਂ ਕਰਕੇ ਫੇਰ ਨਹੀਂ ਦੇ ਹੋਏ ਹੁਣ ਅਗਲੇ ਸਾਲ ਮੈਂ ਕੋਸ਼ਿਸ਼ ਕਰੂੰਗਾ ਵੀ ਦਊਂਗਾ ਸੁਣ ਕੇ ਤਾਂ ਦੇਖੋ ਲੱਗਦਾ ਹੈ ਕਿ ਮਜ਼ੇ ਨੇ ਕੰਮ ਚੱਲ ਗਿਆ ਲੇਕਿਨ ਫਿਰ ਵੀ ਆਪਕੇ ਮੂੰਹ ਸੇ ਮੈਂ ਸੁਣਨਾ ਚਾਹਤੀ ਹਾਂ ਕਿ ਕਿੰਨੀ ਸਟਰਗਲ ਕਰਨੀ ਪਈ ਸਟਰਗਲ ਸਟਰਗਲ ਨਹੀਂ ਕੋਈ ਖਾਸ ਕਰਨੀ ਪਈ ਮਿਹਨਤ ਪਰ ਬਹੁਤ ਜ਼ਿਆਦਾ ਕੀਤੀ ਤੇ ਯਾਰ ਮਿੱਤਰਾਂ ਦਾ ਫੈਮਿਲੀ ਦਾ ਸਪੋਰਟ ਬਹੁਤ ਜ਼ਿਆਦਾ ਰਿਹਾ ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਵਾਈ ਗੁਰੂ ਨੇ ਹਮੇਸ਼ਾ ਮਿਹਨਤ ਦਾ ਮੁੱਲ ਪਾਇਆ ਵਾਈ ਗੁਰੂ ਸਾਰੇ ਨਹੀਂ ਮਿਹਨਤ ਦਾ ਮੁੱਲ ਪਾਵੇ ਤੇ ਮੈਨੂੰ ਔਕਾਤ ਤੋਂ ਵੱਧ ਦਿੱਤਾ ਜਿੰਨਾ ਮੈਂ ਡਿਸਰਵ ਕਰਦਾ ਸੀ ਉਦੋਂ ਵੀ ਵੱਧ ਦਿੱਤਾ ਤੇ ਬਾਲਾ ਕੋਈ ਉਹ ਨਹੀਂ ਕਰਨਾ ਪਿਆ ਵੀ ਬੰਦਾ ਕਹਿੰਦਾ ਜੀ ਮੈਂ ਤਾਂ ਵੀ ਮਰ ਗਿਆ ਜੀ ਖੱਪ ਗਿਆ ਜੀ ਵੀ ਵਧੀਆ ਮਿਹਨਤ ਵੀ ਕੀਤੀ ਤੇ ਵਾਈਗੁਰੂ ਨੇ ਟਾਈਮ ਨਾਲ ਸੁਣ ਵੀ ਲਈ ਸਾਰਾ ਕੁਝ ਵਧੀਆ-ਵਧੀਆ ਆਪ ਹੀ ਹੋ ਗਿਆ ਇਹ ਤਾਂ ਬਹੁਤ ਬੜੀਆ ਬਾਤ ਹੈ ਭਗਵਾਨ ਕਰੇ ਰੇ ਦੇ ਨਾਲ ਐਸਾ ਹੀ ਹਾਂਜੀ ਹਾਂ ਮੇਰੇ ਕੋਲ ਸਾਰੇ ਨਹੀਂ ਮਿਹਨਤ ਦਾ ਮੁੱਲ ਪਵੇ ਹਾਂਜੀ ਤੇ ਜੋ ਆਪਕਾ ਪਹਿਲਾ Song ਰਹਾ ਬੋਰਾ 2015 ਮੈਂ ਹਾਂਜੀ 2015 ਚ ਇੰਚ ਦੀ ਕੀ ਗੱਲ ਔਰ ਆਤੇ ਹੀ ਮਤਲਬ ਕਹਿਰ ਮਚਾ ਦਿਆ ਵਧੀਆ ਪਸੰਦ ਕੀਤਾ ਜੀ ਸਾਰੇ ਨੇ ਗਾਣਾ ਥੈਂਕ ਯੂ ਤੋ ਇਹ Song ਕਿਵੇਂ ਚੂਜ਼ ਕੀਤਾ ਮਤਲਬ ਕੀ ਮਨ ਮੈਂ ਆਇਆ ਕਿ ਇਹ Song ਕਰਨਾ ਅਸੀਂ ਜਦੋਂ ਇੱਥੇ ਪੀਯੂ ਚ ਹੁੰਦੇ ਸੀਗੇ ਇੱਥੇ ਯੂਨੀਵਰਸਿਟੀ ਕਾਲਜਸ ਐ ਹੋ ਜੀਆਂ ਮਤਲਬ ਕਿ ਥਾਂ ਹੁੰਦੀ ਹੈ ਜਿੱਥੇ ਤੁਹਾਨੂੰ ਹਰ ਤਰ੍ਹਾਂ ਦਾ ਬੰਦਾ ਮਿਲਦਾ ਹੈਗਾ ਤੇ ਪੜਾਈ ਲਿਖਾਈ ਚ ਜਿਹੜਾ ਵਧੀਆ ਹੁੰਦਾ ਉਹ ਵੀ ਮਿਲਦਾ ਤੇ ਨਸ਼ੇ ਪੱਤੇ ਵਾਲਾ ਬੰਦਾ ਵੀ ਮਿਲੂ ਤੁਹਾਨੂੰ ਹੋਸਟਲਾਂ ਚ ਇੰਟ ਆਰਟਸ ਵਾਲੇ ਪਾਸੇ ਵੀ ਬੰਦੇ ਮਿਲਣਗੇ ਲਿਰਿਕਿਸਟ ਵੀ ਮਿਲਣਗੇ ਸਿੰਗਰ ਵੀ ਮਿਲਣਗੇ ਹਰ ਤਰ੍ਹਾਂ ਦਾ ਬੰਦਾ ਆਪਾਂ ਨੂੰ ਉੱਥੇ ਮਿਲਦਾ ਹੈਗਾ ਤੇ ਉੱਥੇ ਹੀ ਫਿਰ ਰਾਈਟਰ ਵੀਰੇ ਕਾਫੀ ਸੀਗੇ ਉੱਥੇ ਅਸੀਂ ਲੱਭਦੇ ਹੁੰਦੇ ਸੀਗੇ ਉੱਥੇ ਮਿਲੇ ਵੀਰੇ ਬੱਲੇ ਧਾਲੀਆਂ ਨੂੰ ਜਿਨ੍ਹਾਂ ਨੇ ਗਾਣਾ ਲਿਖਿਆ ਸੀਗਾ ਇੰਚ ਦੇ ਕੀ ਗਾਣਾ ਤੇ ਉਹਨਾਂ ਨੇ ਗਾਣੇ ਸੁਣਾਏ ਕਾਫੀ ਜਦੋਂ ਅਸੀਂ ਜੱਧੋ ਜੈਚ ਲੱਗੇ ਹੋਈ ਸੀ ਵੀ ਚਲ ਹੁਣ ਟਾਈਮ ਹੋ ਗਿਆ ਵੀ ਹੁਣ ਗਾਣਾ ਕਰਦੇ ਆ ਉਹ ਗਾਣਾ ਸੁਣਿਆ ਵਧੀਆ ਲੱਗਿਆ ਸਾਰਿਆਂ ਨੂੰ ਵਧੀਆ ਲੱਗਿਆ ਗਾਣਾ ਤੇ ਇਹਦੀ ਡੰਮੀ ਬਣਾਈ ਸੀ ਤੇ ਉਹ ਉਹਦੀ ਡੰਮੀ ਪਹਿਲਾ ਗਾਣਾ ਸੀਗਾ ਰਿਕਾਰਡ ਕੀਤਾ ਸੀਗਾ ਤੇ ਮਤਲਬ ਕਿ ਗਾਣੇ ਇੱਕ ਤੋਂ ਪਹਿਲਾਂ ਵੀ ਰਿਕਾਰਡ ਕੀਤੇ ਸੀਗੇ ਇਹ ਗਾਣਾ ਮਤਲਬ ਕਿ ਐ ਹੀ ਸੀਗਾ ਵੀ ਆਹ ਗਾਣਾ ਵਧੀਆ ਉਹ ਸਾਰਿਆਂ ਨੂੰ ਸੈਂਡ ਕਰਦੇ ਰਹੇ ਵੀ ਚੱਕ ਗਾਣਾ ਵਾ ਆਪਣਾ ਬਾਈ ਕਰ ਲਿਆ ਹੁਣ ਆਪਾਂ ਵੀਡੀਓ ਕਰਾਂਗੇ ਚੱਕ ਗਾਣਾ ਚੱਕ ਕਰਦੇ ਕਰਦੇ ਇਦਾਂ ਦਾ ਕਰਕੇ ਗਾਣਾ ਜੀ ਲੀਕ ਹੋ ਗਿਆ ਅੱਛਾ ਗਾਣਾ ਲੀਕ ਹੋ ਗਿਆ ਪਤਾ ਲੱਗਿਆ ਵੀ ਗਾਣਾ ਲੀਕ ਹੋ ਗਿਆ ਗਾਣਾ ਆ ਗਿਆ ਤੇ ਮੈਂ ਚਲੋ ਆ ਗਿਆ ਅਸੀਂ ਆਪਣੇ YouTube account ਤੇ ਗਾਣਾ ਪਾਤਾ ਵੀ ਚਲ ਲੀਕ ਤਾਂ ਹੋ ਗਿਆ ਹੁਣ ਪਤਾ ਤਾਂ ਲੱਗ ਜੇ ਵੀ ਕਿਹਨੇ ਗਾਇਆਗਾ ਮੈਂ YouTube account ਮੇਰਾ ਬਣਾਇਆ ਹੋਇਆ ਸੀ ਕੁਦਰਤੀ ਹੋ ਤੇ ਅਪਲੋਡ ਕਰਤਾ ਗਾਣਾ ਬਹੁਤ ਵਧੀਆ ਰਿਸਪੌਂਸ ਰਿਹਾ ਤੇ ਕਹਿੰਦੇ ਚਲੋ ਆਡੀਓ ਵਧੀਆ ਚੱਲ ਗਿਆ ਹੁਣ ਵੀਡੀਓ ਕਰ ਲਓ ਵੀਡੀਓ ਕਰ ਲਈ ਵੀਡੀਓ ਵੀ ਸਾਰਿਆਂ ਨੇ ਪਸੰਦ ਕਰੀ ਬਸ ਐ ਉਹਨੇ ਬੜੇ ਗਮ ਅਗਰ ਮੈਂ ਗਲਤ ਨਹੀਂ ਹੂ ਤਾਂ ਜ਼ੋਰਾ ਰੰਧਾਵਾ ਦਾ ਮਤਲਬ ਇੱਕ ਥੋੜਾ ਕਾਪੀਡ ਵਰਜ਼ਨ ਕਹਿ ਸਕਤੇ ਹੈ ਜਾਂ ਫਿਰ ਕੀ ਕਹਿ ਸਕਤੇ ਹੈ ਇਸੇ ਕੀ ਕਹਿ ਸਕਤੇ ਹੈ ਹਾਂ ਉਹਨਾ ਤੋਂ ਮਤਲਬ ਕਿ ਇਨਸਪਾਇਰ ਹੋ ਕੇ ਕਹਿ ਸਕਦੇ ਆ ਵੀ ਬਲੇਤਾਲੀ ਅਲਜੀਨੇ ਲਿਖਿਆ ਤੇ ਮੈਂ ਗਾਤਾ ਉਹਦੋਂ ਨਿਆੜੀ ਮਤ ਸੀਗੀ ਇਦਾਂ ਹੀ ਕਰਤਾ ਤੇ ਅਸਲ ਜਦੋਂ ਅਸੀਂ ਗਾਣਾ ਬਣਾ ਲਿਆ ਸੀਗਾ ਸੋਚ ਰਹੀ ਸੀਗੇ ਵੀ ਨਹੀਂ ਆਪਾਂ ਨੂੰ ਆ ਚੀਜ਼ ਨਹੀਂ ਕਰਨੀ ਚਾਹੀਦੀ ਵੀ ਆਪਾਂ ਕਿਸੇ ਦੇ ਗਾਣੇਦਾਰ ਰਿਪਲਏਗਾ ਬੇਸਿਕਲੀ ਰਿਪਲਏ ਸੀਗਾ ਮੈਂ ਉਹ ਨਹੀਂ ਮੈਂ ਉਹ ਨਹੀਂ ਬੋਲਦਾ ਵੀ ਅਸੀਂ ਰਿਪਲਏ ਨਹੀਂ ਕੀਤਾ ਜਾਂ ਆਪਣੇ ਆਪ ਹੋ ਗਿਆ ਹੈ ਹੀ ਲਿਖਿਆ ਹੀ ਰਿਪਲਏ ਸੀਗਾ ਤੇ ਮੈਂ ਇਹੋ ਜੀ ਨਿਆਣੀ ਮਤ ਸੀਗੀ ਅਸੀਂ ਚੱਕ ਕੇ ਕਰਤਾ ਤੇ ਉਹ ਕੀ ਹੋਇਆ ਲੀਕ ਹੋ ਗਿਆ ਲੀਕ ਹੋ ਗਿਆ ਕਹਿੰਦੇ ਚਲ ਹੁਣ ਲੀਕ ਤਾਂ ਹੋ ਹੀ ਗਿਆ ਕੰਮ ਤਾਂ ਨਾ ਤਾਂ ਆ ਹੀ ਗਿਆ ਵੀ ਇਹਨੇ ਆ ਕਰਤਾ ਮੈਂ ਕਹਿੰਦੇ ਚਲ ਹੁਣ ਵੀਡੀਓ ਵੀ ਕਰ ਦੂ ਇਹੋ ਜੀ ਨਿਆਣੀ ਮਤ ਸੀ ਕੰਪਨੀ ਹਲੇ ਆਏ ਉਹਨਾਂ ਨੇ ਜਿਹੇ ਵੀ ਗੱਲ ਕੀਤੀ ਕਿਉਂਕਿ ਇਸ ਤਾਂ ਭੱਜੇ ਫਿਰਦੇ ਸੀ ਸਟੂਡੈਂਟ ਸੀ ਵੀ ਕੋਈ ਸਾਨੂੰ ਪੈਸੇ ਦੇਵੇ ਸਾਡੇ ਤੇ ਪੈਸਾ ਲਾਵੇ ਉਹ ਕੰਪਨੀ ਵਾਲੇ ਆਏ ਉਹ ਕਹਿੰਦੇ ਆ ਗਾਣਾ ਵੀਡੀਓ ਥੋੜੀ ਕਰਨੀ ਆ ਸੀ ਮੈਂ ਕਿਹਾ ਕਰ ਦੂ ਭਾਈ ਸਾਡਾ ਕੀ ਜਾਂਦਾ ਡਰ ਨਹੀਂ ਲਗਾ ਕਿ ਇਤਨੀ ਬੜੀ ਚੀਜ਼ ਆਪ ਕਰਨੇ ਜਾ ਰਹੇ ਹੋ ਪਹਿਲੇ ਗਾਣੇ ਕੇ ਅੰਦਰ ਹੀ ਮਤਲਬ ਹੈ ਆ ਕੇ ਮਤਲਬ ਮਤਲਬ ਕਹਿ ਸਕਦੇ ਕਿ ਜੋ ਜੈਸੇ ਦਮ ਬੜਾ ਥਾ ਨਹੀਂ ਡਰਨ ਵਾਲੀ ਤਾਂ ਡੈਮੋਕ੍ਰੇਸੀ ਹੈ ਕੋਈ ਕੁਝ ਵੀ ਬੋਲ ਸਕਦਾ ਹੈਗਾ ਇਦਾਂ ਡਰਨ ਵਾਲੀ ਤਾਂ ਕੀ ਗੱਲ ਸੀਗੀ ਤੇ ਪਰ ਉਹ ਚਲੋ ਉਹ ਗਾਣਾ ਜ਼ੋਰੇ ਬਾਈ ਹੋਰਾਂ ਦਾ ਬਹੁਤ ਹਿੱਟ ਗਾਣਾ ਸੀਗਾ ਜਿਹਦੇ ਕਰਕੇ ਚਲੋ ਸਾਡੇ ਵਾਲਾ ਗਾਣਾ ਚੱਲ ਗਿਆ ਸਾਡੀ ਨਾਲ ਗੱਡੀ ਰੜ ਗਈ ਅੱਛਾ ਮੇਰੇ ਪੇਰੈਂਟਸ ਦਾ ਕੀ ਰਿਐਕਸ਼ਨ ਰਹਾ ਫਿਰ ਇਸ ਚੀਜ਼ ਕੇ ਅੰਦਰ ਕੀ ਪਹਿਲਾ ਗਾਣਾ ਹੈ ਔਰ ਉਹਨਾਂ ਨੇ ਕੀ ਬੋਲਾ ਪੇਰੈਂਟਸ ਨੂੰ ਅਸਲ ਚ ਪਤਾ ਹੀ ਨਹੀਂ ਲੱਗਿਆ ਵੀ ਇਹ ਵੀ ਇਹ ਦਿਨਦ ਕਰਕੇ ਉਹਦੇ ਗਾਣੇ ਦਾ ਉਹ ਵਾਰਾ ਕਿਉਂਕਿ ਆਪਣੀਆਂ ਫੈਮਲੀਆਂ ਬਾਲਾ ਸਾਡੇ ਵਾਲੀਆਂ ਹੁਣ ਤਾਂ ਚਲੋ ਮੇਰੇ ਕਰਕੇ ਵੀ ਸਾਡਾ ਪੁੱਤ ਟੀਵੀ ਤੇ ਹੁੰਦਾ ਟੀਵੀ ਟੂ ਵੀ ਦੇਖੀ ਜਾਂਦੀ ਹੈ ਬਾਲਾ ਪਹਿਲਾਂ ਕਿੱਥੇ ਮਤਲਬ ਕਿ ਬੀਬੀਆਂ ਮਤਲਬ ਕਿ ਮੰਮੀ ਪੈਣਾ ਹੋਰੀ ਉਹ ਸੀਰੀਅਲ ਸੁਰੇ ਜੀ ਦੇਖੀ ਜਾਂਦੀਆਂ ਉਹ ਪੰਜਾਬੀ ਚਾਹ ਹੁਣ ਜਿਆਦਾ ਦੇਖਣ ਲੱਗੇ ਉਹਨੂੰ ਪਤਾ ਹੀ ਨਹੀਂ ਸੀਗੇ ਵੀ ਇਦਾਂ ਕਰਕੇ ਗਾਣਾ ਉਹ ਜੀ ਜਦੋਂ ਕਾਫੀ ਕਿਉਂਕਿ ਮੇਰੇ ਵਾਲੇ ਗਾਣੇ ਤੋਂ ਬਾਅਦ ਵੀ ਘਟੋ ਘਟ ਆ ਪਿੱਛੇ ਜੀ ਸਾਨੂੰ ਫੋਨ ਆਇਆ ਕਹਿੰਦਾ ਵੀਰੇ ਅਸੀਂ ਨਾ ਇੰਚ 13 ਲਿਖਤਾ ਓ ਮਾਈ ਗੋਡ ਮਗਾ ਇੱਥੇ ਤੱਕ ਪਹੁੰਚ ਗਿਆ ਕੰਮ ਮਤਲਬ ਕਿ ਮੇਰੇ ਵਾਲੇ ਗਾਣੇ ਦੇ ਵੀ ਬਹੁਤ ਜ਼ਿਆਦਾ ਰਿਪਲਾਈਸ ਆਏ ਹੋਊ ਤਿੰਨ ਇੰਚ 3 ਇੰਚ 4 5 6 7 ਐ ਕਾਫੀ ਕਮ ਚੱਲੇਗਾ ਅੱਛਾ ਉਹ ਬਾਅਦ ਚ ਫੈਮਿਲੀ ਨੂੰ ਪਤਾ ਲੱਗਿਆ ਵੀ ਅੱਛਾ ਵੀ ਇਹ ਨਹੀਂ ਸਾਡੇ ਵਾਲੇ ਨਿਕਰਤੂਤ ਕਰੀਏ ਕੋਈ ਓਕੇ ਅੱਛਾ ਗੁਜੈਰ ਜੀ ਮੈਂ ਆਪਕੋ ਇਹ ਪੁੱਛਣਾ ਚਾਹਤੀ ਹੂੰ ਕਿ ਲੜਕੀਆਂ ਸੇ ਕੀ ਦੁਸ਼ਮਣੀ ਹੈ ਨਹੀਂ ਕੋਈ ਦੁਸ਼ਮਣੀ ਵੀ ਨਹੀਂ ਦੁਸ਼ਮਣੀ ਤਾਂ ਹੈ ਆਪਕੀ ਦੇਖੋ <laughs> हमेशा हर गाना लड़के के लिए लिखते हो हैं एक और गाना भी कर दिया मु जटदा ये क्या मतलब हुआ मतलब नहीं होती ही, जट्टी दी भी की सुनिया नहीं है नहीं नहीं मैंने सुना हुआ है वो भी लेकिन पहले तो आपने मुंडा जटदा निकाला ना ये क्या मतलब हुआ मतलब उसकी वीडियो भी इतनी अच्छी कर दी ये ये क्या मतलब हुआ ਨਹੀਂ ਜੇ ਜ਼ਿਆਦਾ ਮੈਨੂੰ ਲੱਗਦਾ ਤਾਂ ਕਰਕੇ ਪਹਿਲਾਂ ਸੀ ਨਹੀਂ ਹੁਣ ਤਾਂ ਹਰ ਜਾ ਰਿਹਾ ਸੀ ਮੈਨੂੰ ਕੁਸ਼ ਇਹ ਕੁਸ਼ਨ ਮੈਨੂੰ ਹਮੇਸ਼ਾ ਪੁੱਛੇ ਮੈਂ ਉਹਤੇ WhatsApp ਇਸਨੇ ਮੈਂ ਫਿਰ ਮੈਂ Snapchat ਚਲਾਉਂਗਾ ਮੈਂ Instagram Facebook ਚਲਾਉਂਦਾ ਨਹੀਂ ਉਹ ਟੀਮ ਚਲਾਉਂਦੀ ਹੈਗੀ ਤੇ Snapchat ਤੇ ਵੀ ਮੈਸੇਜ ਮੂਸੇ ਕਾਫੀ ਆਉਂਦੇ ਆ ਵੀ ਤੁਸੀਂ ਕੁੜੀਆਂ ਲਈ ਗੀਤ ਨਹੀਂ ਕਰਦੇ ਕੁੜੀਆਂ ਲਈ ਕਰਦੇ ਤੇ ਇਹ ਕੰਪਲੇਂਟ ਹੈ ਨਾਗ ਪੁੱਛਣਾ ਮੈਨੂੰ ਲੱਗਦਾ ਕੁੜੀਆਂ ਲਈ ਸੀ ਯਾਰੀ ਤੇਰੀ ਵੀ ਕੁੜੀਆਂ ਲਈ ਸੀਗਾ जा रहे हो लड़े जा रहे एंड में जाके बेचारी को आपने बनाया <laughs> नहीं देखो कोई भी रिलेशन हैगा वोच लड़ाइयां तो होती ही नहीं है भाई दोस्त मित्र है, है भाई बॉयफ्रेंड गर्लफ्रेंड है भाई हस्बैंड वाइफ है लड़ाइयां तो होती ही नहीं वो दी नेचुरल जी चीज थी गाने में अच्छा से. जैसे हमने वो देखा वीडियो देखी जिस तरह की हमने गुरजज की एक्टिंग देखी रियल लाइफ में भी अगर कभी गुरजज की लाइफ में कोई लड़की आती है तो क्या गुरजज वैसे ही रहेंगे पता नहीं जब लड़की आएगी वो तो पूछे तो भी जी तो लड़कियां अप्रोच कर सकती हैं अच्छा चलो अगर इसी की बात चली है तो आप ती जट्टी दी हमें गाके सुना दो क्योंकि मैं मैं लड़कियों की फैन हूं ना ज्यादा ठीक है जी ती जट्टी दी सुनाना थनु मैं दो ही सुना देना वो असल में एक डुएट सॉन्ग सीगा है ये मुंडा जट दा ते ती जट्टी दी एक डुएट सॉन्ग सीगा मैं थनु स्टोरी दस देना मैं स्टेज या देदा बोलदा हूं ना इंटरव्यू च नई मैं बोल लिया कि थानु दस देना था ये जब मुंडा जट दा की ये डुएट सॉन्ग सीगा सी एक ते असि की कीता इनु ਮੈਂ ਡਿਵਿਟ ਗਾਉਂਦਾ ਨਹੀਂ ਸੀਗਾ ਮੈਂ ਤਾਂ ਕਰਕੇ ਇਹਦੇ ਦੋ 파ਟ ਬਣਾ ਲੈ ਵੀ ਪਹਿਲਾ ਮੁੰਡਾ ਜੱਟ ਦਾ ਕਰ ਦਨੇ ਆ ਫਿਰ ਬਾਅਦ ਚ ਧੀ ਜੱਟੀ ਦੀ ਕਰ ਦਾਂਗੇ ਜਦੋਂ ਮੁੰਡਾ ਜੱਟ ਦਾ ਗੀਤ ਆਇਆ ਕਿ ਤੇ ਉਹ ਹੀ ਫੇਰ ਚੱਕਰ ਪੈ ਗਿਆ ਪੱਤਰਕਾਰ ਵੀਰਾਂ ਪੈਣਾ ਦੇ ਫੋਨ ਆਉਣ ਲੱਗੇ ਕਹਿੰਦੇ ਜੀ ਪੰਜਾਬ ਵੀ ਕਹਿੰਦੇ ਪੰਜਾਬ ਤਾਂ ਜਿਹੜੀ ਭਰੂਣ ਹੱਤਿਆ ਚ ਨੰਬਰ 1 ਤੇ ਆਲਰੇਡੀ ਵੀ ਤੁਸੀਂ ਇਦਾਂ ਦੇ ਗਾਣੇ ਗਾ ਕੇ ਭਰੂਣ ਹੱਤਿਆ ਪ੍ਰਮੋਟ ਕਰਦੇ ਹੋ ਤੇ ਮੈਨੂੰ ਨੂੰ ਕੇਹਾ ਦਾ ਬੜੇ ਪਿਆਰ ਨਾਲ ਮੇਰੇ ਤੱਕ ਵੀ ਪਰਸਨਲ ਨੰਬਰ ਤੇ ਵੀ ਕਾਲ ਆਈ ਉਦਾਂ ਵੀ ਮੈਂ ਸਮਝਾਇਆ ਵੀ ਇਹ ਇੱਕ ਦਗਾਣਾ ਗੀਤ ਹੈ ਡਿਉਇਟ ਹੈ ਤੇ ਇਹਨੂੰ ਅਸੀਂ ਦੋ ਹਿੱਸਿਆਂ 'ਚ ਮੰਨਦਾ ਵੀ ਜਦੋਂ ਇਹਦਾ ਦੂਸਰਾ ਹਿੱਸਾ ਆ ਗਿਆ ਦੂਜਾ ਸੈਕੰਡ ਪਾਰਟ ਆ ਗਿਆ ਇਹਦਾ ਜੇ ਤੁਹਾਨੂੰ ਲੱਗਿਆ ਸੀ ਕੋਈ ਇਦਾਂ ਦਾ ਕੰਮ ਕੀਤਾ ਵੀ ਜਿਹਦੇ ਨਾਲ ਭਰੂਣ ਹੱਤਿਆ ਪ੍ਰਮੋਟ ਹੁੰਦੀ ਹੈ ਮੈਂ ਕਿਹਾ ਮੈਂ ਪ੍ਰੈਸ ਕਾਨਫਰੈਂਸ ਕਰ ਲਊਗਾ ਮਾਫੀ ਮੰਗ ਲਊਗਾ ਜੋ ਤੁਸੀਂ ਮੈਨੂੰ ਪਨਿਸ਼ਮੈਂਟ ਦੇਣੀ ਹੋਈ ਦੇ ਦਿਓ ਨਹੀਂ ਨਹੀਂ ਤੇ ਜਦੋਂ ਧੀ ਜੱਟੀ ਦੀ ਆਇਆ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਨ ਮਦਬਾਰਾਂ ਪੱਤਰਕਾਰਾਂ ਵੀਰਾਂ ਦਾ ਫੋਨ ਆਇਆ ਵੀ ਠੀਕ ਹੈ ਜੀ ਓਕੇ ਜੀ ਵੀ ਵਧੀਆ ਗਾਣਾ ਗਾਏ ਤੁਸੀਂ ਹੁਣ ਮੈਂ ਤੁਹਾਨੂੰ ਉਦਾਂ ਹੀ ਸੁਣਾਉਣਾ ਇਹ ਜਿਵੇਂ ਦਾ ਗਾਣਾ ਸੀਗਾ ਠੀਕ ਹੈ ਠੀਕ ਹੈ ਮੁੰਡਾ ਬੋਲਦਾ ਪਹਿਲਾਂ ਇਕੋ ਹੱਟ ਤੋ ਦਵਾਉ ਚੁੰਨੀ ਪੱਗ ਨਾਲ ਦੀ ਜੱਟ ਤਪਦਾ ਤੰਦੂਰ ਤੂੰ ਵੀ ਅੱਕ ਨਾਲ ਦੀ ਤੁਰੂਗਾ ਜਦੋਂ ਤਾਂ ਡਿੰਗ ਪਿੱਛੇ ਤੁਰੇਂਗੀ ਤੁਰੂਗਾ ਜਦੋਂ ਤਾਂ ਡਿੰਗ ਪਿੱਛੇ ਤੁਰੇਂਗੀ ਐਰ ਗਹਿਰ ਤੇਰਾ ਨਾ ਕੋਈ ਰਾਹ ਕੱਟਦਾ ਉਦੋਂ ਕਿੰਨੀ ਸੋਹਣੀ ਨਹੀਂ ਤੂੰ ਲੱਗਿਆ ਕਰੇਂਗੀ ਗੋਦੀ ਚੱਕਿਆ ਕਰੇਂਗੀ ਜਦੋਂ ਮੁੰਡਾ ਜੱਟ ਦਾ ਉਦੀ ਘਰ ਵਾਲੀ ਬੋਲਦੀ ਐ ਕਿ ਪੈੜ ਤੇਰੀ ਵਿੱਚ ਪੈੜ ਤਰਿਆ ਕਰੂੰ ਤੇਰੇ ਸਾਹਾਂ ਦਾ ਹੁੰਗਾਰਾ ਵੀ ਮੈਂ ਭਰਿਆ ਕਰੂੰ ਕਾਕੇ ਤੇ ਕਾਕੀ ਦੀ ਜਦੋਂ ਜੋੜੀ ਬਣ ਗਈ ਕਾਕੇ ਤੇ ਕਾਕੀ ਦੀ ਜਦੋਂ ਜੋੜੀ ਬਣ ਗਈ ਪੂਰੀ ਹੋ ਜੂ ਰੀ ਜਵੇ ਰਵਾਜਾਂ ਪੱਟੀ ਦੀ ਮੈਂ ਵੀ ਤੇਰੇ ਪਿੱਛੇ ਪਹਿਲਾਂ ਪਾਉਂਦੀ ਆਉਂਗੀ ਵੇ ਚੱਕ ਤੁਰੇਗਾ ਕਨੇੜੇ ਜਦੋਂ ਤੀ ਜੱਟੀ ਦੀ ਵੈਰੀ ਨਾਈਸ ਵੈਰੀ ਬਿਊਟੀਫੁਲ ਵੌਇਸ ਯੂ ਹੈ थैंक यू थैंक यू सो मच दिखता है कि आपने कितना रियाज किया है थैंक यू मैम थैंक यू अच्छा तो उसी के 1-2 महीने के बाद आपका गाना आया हॉस्टल हां जी बहुत इमोशनल गाना है बहुत फैमिली से अटैच्ड गाना जी तो ये किस तरह से आपने चुना गाना ये गाना असी स्टूडियो च बैठी थी कोई और गाना रिकॉर्ड करी जांदे कल्ले चली जांदी सी तैयारी ते उथे ही वो सनी विक वीरै होणा ने जिन्ना ने म्यूजिक कीता है ओला ने केया केंदा वीरै एदा करके थोड़े ये सनी खेपड़ा है बहुत सोणा है लिखेया वीरै ने ਤੇ ਉਹ ਕਹਿੰਦੇ ਵੀ ਸਨੀ ਦਾ ਲਿਖਿਆ ਹੋਇਆ ਗੀਤ ਪਿਆ ਹੈ ਹੌਸਲੇ ਵੀ ਸੁਣ ਕੇ ਦੇਖੋ ਤੁਹਾਡੇ ਟਾਈਪ ਦਾ ਹੈਗਾ ਤੇ ਮੈਂ ਸੁਣਿਆ ਗਾਣਾ ਬਹੁਤ ਵਧੀਆ ਲੱਗਿਆ ਸੀ ਡੰਮੀ ਕਰ ਲਈ ਡੰਮੀ ਕਰਕੇ ਜਦੋਂ ਸੁਣਿਆ ਸਾਰਿਆਂ ਨੂੰ ਪਸੰਦ ਆਇਆ ਤੇ ਪਰ ਕਈ ਵਿੱਚੋਂ ਕਹਿਣੇ ਵੀ ਲੱਗੇ ਵੀ ਕਹਿੰਦੇ ਇਦਾਂ ਦੇ ਗੀਤ ਯੂਥ ਨਹੀਂ ਸੁਣਦਾ ਜੇ ਆਪਾਂ ਕਹਿ ਦਿੰਨੇ ਆ ਵੀ ਵੀ ਬਹੁਤ ਜ਼ਿਆਦਾ ਪਸੰਦ ਨਹੀਂ ਕਰਦੇ ਲੋਕ ਪਸੰਦ ਕਰਦੇ ਨੇ ਵੀ ਆਪਾਂ ਕੀ ਕੀ ਵੀ ਬਿਜ਼ਨਸ ਘੱਟ ਕਰਦੇ ਨੇ ਵੀ ਬਿਜ਼ਨਸ ਕੱਟ ਕਰਦੇ ਆ ਜਦੋਂ ਗੀਤ ਵਿਊਜ਼ ਘੱਟ ਹੁੰਦੇ ਨੇ ਹੋਰ ਘੱਟ ਹੁੰਦੇ ਨੇ ਜੇ ਇਹ ਹੁੰਦੇ ਨੇ ਉਹ ਇੱਕ ਦੋ ਜਣੇ ਇਹਨੇ ਕਿਹਾ ਵੀ ਚਲੋ ਮੈਂ ਕਿਹਾ ਹਰੇਕ ਗਾਣੇ ਤੋਂ ਪਾਚਲ ਨਹੀਂ ਇੱਕ ਗਾਣਾ ਨਹੀਂ ਬਿਜ਼ਨਸ ਕਰੂਗਾ ਤਾਂ ਕੀ ਹੋ ਗਿਆ ਪਰ ਗਾਣਾ ਆਇਆ ਹੋਰ ਗਾਣੇ ਮੇਰੇ ਹੋ ਸਕਦਾ ਹੈ ਮੈਨੂੰ ਉਸ ਪਾਸੇ ਜਿਵੇਂ ਇਹ ਗਾਣੇ ਆਪਣੇ ਆਉਂਦੇ ਨੇ ਸਾਡੇ ਗਾਣੇ ਆਉਂਦੇ ਨੇ ਸਾਡੀ ਉਮਰ ਦੇ ਸੁਣਦੇ ਨੇ ਜਾਂ ਸਾਡੇ ਤੋਂ ਪੰਜ-ਛੇ ਸਾਲ ਛੋਟੇ ਸੁਣਦੇ ਹੋਣੇ ਜਾਂ ਪੰਜ-ਛੇ ਸਾਲ ਵੱਡੇ ਸੁਣਦੇ ਹੋਣੇ ਜਿਹੜੇ ਗਾਣੇ ਸਾਡੇ ਆਉਂਦੇ ਹੈਗੇ ਇਹ ਗਾਣੇਗਾ ਇਹ ਗਾਣਾ ਮਿਲਦਾ ਜੀ 80 ਸਾਲ ਦੇ ਬੰਦੇ ਨੇ ਵੀ ਸੁਣਿਆ ਹੋਊਗਾ 60 ਸਾਲ ਦੇ ਬੰਦੇ ਨੇ ਵੀ ਸੁਣਿਆ ਹੋਊਗਾ ਤਾਂ ਉਹਨੇ ਵੀ ਐਪਰੀਸ਼ੀਏਟ ਕੀਤਾ ਹੋਊਗਾ ਕਿਉਂਕਿ ਜਦੋਂ ਮੈਂ ਆਸਟ੍ਰੇਲੀਆ ਟੂਰ ਤੇ ਗਿਆ ਸੀ ਉੱਥੇ ਇਹ ਗਾਣਾ ਸੁਣਾਇਆ ਸੀਗਾ ਉੱਥੇ ਫੈਮਿਲੀ ਜਿਹਨੇ ਆ ਕੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀਗਾ ਸੋ ਇਹ ਗਾਣੇ ਨੇ ਉਹ ਮਰਦੇ ਬੰਦੇ ਨਾਲ ਜੋੜਤੇ ਜਿਹੜੇ ਮੈਂ ਹੋਰ 10 ਜਾਂ 20 ਗਾਣੇ ਕਰਕੇ ਵੀ ਹੋ ਸਕਦਾ ਨਾ ਜੁੜਦੇ ਸੋ ਇਹ ਗਾਣਿਆਂ ਬਹੁਤ ਬਹੁਤ ਥੈਂਕ ਯੂ ਤੁਸੀਂ ਚੰਗੇ 뮤직 ਨੂੰ ਇੰਨਾ ਪਿਆਰ ਦਿੱਤਾ ਕੋਈ ਵੀ ਗਾਣਾ ਕੋਈ ਵੀ ਸਿੰਗਰ ਮੈਂ ਵੀ ਆ ਕੋਈ ਵੀ ਆ ਕੋਈ ਚੰਗੀ ਫਿਲਮ ਹੁੰਦੀ ਆ ਕੋਈ ਚੰਗੀ ਗਾਣਾ ਆਉਂਦਾ ਚੰਗੀ ਚੀਜ਼ ਨੂੰ ਜਰੂਰ ਐਪਰੀਸ਼ੀਏਟ ਕਰਨਾ ਚਾਹੀਦਾ ਕਿਉਂਕਿ ਜੇ ਆਪਾਂ ਐਪਰੀਸ਼ੀਏਟ ਕਰਾਂਗੇ ਤਾਂ ਹੀ ਅੱਗੇ ਬੰਦਾ ਜਾਂ ਕੋਈ ਹੋਰ ਸਿੰਗਰ ਅੱਗੇ ਤੋਂ ਉਹ ਗਾਣਾ ਕਰੂਗਾ ਹੁਣ ਆਪਾਂ ਰੋਲਾ ਪਾ ਦਿੰਨੇ ਆਂਗੇ ਵੀ ਹਥਿਆਰਾਂ ਤੇ ਗਾਣੇ ਆਉਂਦੇ ਨੇ ਨਸ਼ਿਆਂ ਤੇ ਗਾਣੇ ਆਉਂਦੇ ਨੇ ਇਹ ਤੇ ਆਉਂਦੇ ਨੇ ਹਰ ਤਰ੍ਹਾਂ ਦੇ ਚੰਗੇ ਗਾਣੇ ਵੀ ਆਉਂਦੇ ਨੇ ਆਪਾਂ ਚੰਗੇ ਗਾਣੇ ਨੂੰ ਇੰਨਾ ਪ੍ਰੋਮੋਟ ਕਰ ਦਈਏ ਜਾਂ ਮਾੜੇ ਗਾਣੇ ਨੂੰ ਆਪਾਂ ਪ੍ਰੋਮੋਟ ਹੀ ਨਾ ਕਰੀ ਵੀ ਅਗਲਾ ਹੁਣ ਕੋਈ ਸਿੰਗਰ ਹੈ 10 15 20 ਲੱਖ ਰੁਪਇਆ ਅੱਜ ਕੱਲ ਦਾ ਪੰਜਾਬੀ ਇੰਡਸਟਰੀ ਬਹੁਤ ਜ਼ਿਆਦਾ ਵੱਡੀ ਹੋ ਗਈ 50 50 ਉਹਦੀ ਕੋਈ ਰਿਕਵਰੀ ਨਹੀਂ ਹੋਊਗਾ ਅਗਲਾ ਅੱਗੇ ਤੋਂ ਗਾਣਾ ਕਰੂਗਾ ਹੀ ਨਹੀਂ ਤੇ ਉਹ ਦੂਜੇ ਪਾਸੇ ਚੰਗਾ ਗਾਣਾ ਹੁੰਦਾ ਉਹਨੂੰ ਸੁਣਦੇ ਨਹੀਂ ਉਹਨੂੰ ਐਪਰੀਸ਼ੀਏਟ ਨਹੀਂ ਕਰਦੇ ਤੇ ਉਹ ਅਗਲਾ ਕਰਦਾ ਹੀ ਨਹੀਂ ਅੱਗੇ ਤੋਂ ਅਗਲਾ ਦੂਜੇ ਪਾਸੇ ਹੋ ਜਾਂਦਾ ਵੀ ਠੀਕ ਹੈ ਇਹ ਨਹੀਂ ਸੁਣਦੇ ਭਈ ਆ ਚੱਕ ਲੋ ਆਪ ਜੀ ਆਪਾਂ ਆਪ ਹੀ ਚੰਗੇ ਗਾਣੇ ਨੂੰ ਐਪਰੀਸ਼ੀਏਟ ਕਰਾਂਗੇ ਆਪਣੇ ਆਟੋਮੈਟਿਕਲੀ ਵਧੀਆ ਗਾਣੇ ਚੰਗੇ ਗਾਣੇ ਆਉਣ ਲੱਗ ਜਾਣਗੇ ਤਾਂ ਜਿੰਨੇ ਵੀ ہمارے ਪੇਰੈਂਟਸ ਦੇਖ ਰਹੇ ਆ ਵਿਊਅਰਸ ਦੇਖ ਰਹੇ ਆ ਉਹਨਾਂ ਲਈ ਅਗਰ ਆਪ ਇਹ ਗਾਣਾ ਡੈਡੀਕੇਟ ਕਰਦੇ ਆਂ ਹਾਂਜੀ ਹੂੰ ਗੱਲਾਂ ਨਾਲ ਨਹੀਂ ਉਹ ਸਾਰਨਾ ਏ ਕਰਕੇ ਵਖਾਉਣਾ ਮੈਂ ੱੱਕੇ ਨਾਲ ਨਹੀਂ ਉਹ ਮੇਨ ਤਾਂ ਨਾ ਅੱਗੇ ਆਉਣਾ ਮੈਂ ਕਿਸਮਤ ਲੈਣੀ ਏ ਗੁਲਾਮ ਕਰ ਮੈਂ ਕਿਸਮਤ ਲੈਣੀ ਏ ਗੁਲਾਮ ਕਰ ਮੈਂ ਮਾੜਾ ਟਾਈਮ ਫੇਰ ਦੂਰੋਂ ਦੂਰੋਂ ਚਾਕ ਓਏ ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈਂ जग जित लेना है मैं फिर कदम च रखू बेबे बापू दे सारा जग जित लेना है मैं फिर कदमा च रखू बेबे बापू दे तो गुजैस बहुत सारी बातें होगी आपके पिछले गानों की अब बात करते हैं आपके आने वाले प्रोजेक्ट्स के बारे में और क्या क्या आप नए प्रोजेक्ट्स के साथ आ रहे हैं कौन कौन से नए गाने हमारे लिए ले लेकर आ रहे हैं गाने एल्बम फुल तकरीबन तकरीबन रेडी है ਤੇ ਉਸ ਤੋਂ ਪਹਿਲਾਂ 1 ਜਾਂ 2 ਸਿੰਗਲ ਵੀਡੀਓ ਦਵਾਂਗੇ ਸਿੰਗਲ ਟਰੈਕ ਕੱਢਾਂਗੇ ਤੇ ਐਲਬਮ ਬਿਲਕੁਲ ਰੈਡੀ ਹੈਗੀ ਐਲਬਮ ਦੇ ਵਿੱਚ ਉਹ ਹੀ ਆਪਣੇ ਜ਼ਿਆਦਾਤਰ ਬੀਟ ਗਾਣੇ ਨੇ ਤੇ ਜਿੱਦਾਂ ਨੇ ਆਪਣੇ ਪਹਿਲਾਂ ਆਏ ਨੇਗੇ ਤੇ ਇੱਕ ਇੱਕ ਦੋ ਰੋਮਾਂਟਿਕ ਜਾਂ ਸਾਈਡ ਵਿੱਚ ਬਸ ਪਾਵਾਂਗੇ इसी के साथ एक मैं रिक्वेस्ट कर दूं दूँ लड़कियों के लिए गाने अब आपने करने ही करने हैं वरना मैं आपको फिर इंटरव्यू में बुला के फिर बोलूंगी कुछ जैसे लड़कियों के लिए गाना करो आप मैं कर मैं ट्रैक किया हो एलबम तो मे भी पहला जे, जे ले है जे जो एलबम चाहूगा कुड़ियों ही है गाँव वो बहुत पसंद आऊगा कुड़ियों को यारी तेरी अंगू पसंद आऊगा अच्छा तो अब सिंगिंग की बात होगी तो मूवीज की तरफ भी कुछ क्या आपका है कि मूवीज भी करनी है एक्टिंग में भी जाना है ਮੂਵੀ ਦਾ ਵੀ ਹੈਗਾ ਮਨ ਤਾਂ ਹੈਗਾ ਹੀ ਫਿਲਮਾਂ ਦੇਖਣ ਜਾਂਦੇ ਹਰੇਕ ਨੂੰ ਚਾਹ ਚੜਦਾ ਵੀ ਮੈਂ ਵੀ ਆਵਾਂ ਮੂਵੀ ਮੈਂ ਵੀ ਕਰਾਂ ਹਜੇ ਪਰ ਇੱਧਰ 뮤직 ਲਾਈਨ 'ਚ ਇੱਧਰ ਸਿੰਗਿੰਗ ਲਾਈਨ 'ਚ ਕਰਨ ਵਾਲਾ ਬਹੁਤ ਕੁਝ ਪਿਆ ਹੈਗਾ ਜਾਂ ਕਦੇ ਲੱਗਿਆ ਵੀ ਕੋਈ ਇਦਾਂ ਦੀ ਓਪਰਚ्युनिटी ਮਿਲੀ ਵੀ ਜਿਹੜੀ ਬਹੁਤ ਵਧੀਆ ਮੇਰੇ ਲਈ ਉਹ ਫਿਰ ਜ਼ਰੂਰ ਕਰਾਂਗੇ ਤੇ ਜਲਦੀ ਵੀ ਕਰਾਂਗੇ ਤਾਂ ਗੁਰਜੈ ਸੱਭ ਨਾਲ ਬਹੁਤ ਸਾਰੀ ਬਾਤਾਂ ਹੋਤੀਆਂ अब ना थोड़ा सा गेम्स की तरफ चलते हैं ठीक है जी, चलो अब हम गेम खेलेंगे नेवर हैव आईएवर अगर है, किया है तो कैमरा को आई हैव हाँ दिखाना और नहीं किया तो नेवर दिखाना ठीक है जी थोड़े राज खोलते हैं आज आपके <laughs> <laughs> चलो करें शुरू हां जी हां पहला क्वेश्चन कि कभी ऐसा हुआ कि आ, किसी लड़की से मिलने के लिए जा रहे हो और घर वालों को झूठ बोल दिया कि मैं काम पे जा रहा हूं बिल्कुल दूर और लड़कियों से ਨਹੀਂ ਮੈਂ ਇਹ ਨਹੀਂ ਕਿ ਲੜਕੀਆਂ ਤੋਂ ਦੂਰ ਹਾਂ ਘਰ ਦੇ ਦੂਰ ਨੇ ਮੇਰੇ ਤੋਂ ਤਾਂ ਕਰਕੇ ਝੂਠ ਮਾਰਨ ਦੀ ਲੋੜ ਨਹੀਂ ਪੈਂਦੀ। ਸਾਹੀ ਬਾਤ ਹੈ। ਓਕੇ। ਅੱਛਾ ਚਲੋ ਸੈਕਿੰਡ ਕੁਐਸਚਨ। ਕਦੇ ਐਸਾ ਹੂਆ ਕਿ ਕਿਸੇ ਕੋ ਮੈਸੇਜ ਭੇਜਣਾ ਹੋ ਔਰ ਭੇਜ ਕਿਸੇ ਔਰ ਕੋ ਦਿਓ। ਇੱਕ ਬੰਦੇ ਕੋ ਭੇਜਣਾ ਹੋ ਕਿਸੇ ਔਰ ਕੋ ਭੇਜ ਦਿਓ। ਹਾਂ ਇਹ ਤਾਂ ਬਹੁਤ ਵਾਰ ਹੀ ਹੋਇਆ ਇਹ ਤਾਂ। ਬਹੁਤ ਵਾਰ ਐਸਾ ਕੋਈ ਮੈਸੇਜ ਐਮਬੈਰਸਿੰਗ ਵਾਲਾ ਪਕੜਾ ਗਿਆ ਹੋ। ਨਾ ਬੈਰਸਿੰਗ ਵਾਲਾ ਤਾਂ ਨਹੀਂ ਉਦਾਂ ਜਰਨਲ ਹੀ ਮੈਸੇਜ ਕਿਸੇ ਨੂੰ ਭੇਜਨੇ ਹੁੰਦੇ। ਅੱਜ ਕੱਲ ਚੱਕਰ ਪਤਾ ਕੀ ਪੈ ਗਿਆ। ਆਪਸ ਬਹੁਤ ਜ਼ਿਆਦਾ ਹੋ ਗਈਆਂ ਤੇ ਕਈ ਵਾਰ ਕੀ ਹਰ ਰਹੇ ਜਿੱਦਾਂ ਸਨੈਪਚੈਟ ਚਲਾ ਰਹੇ ਹੁੰਦੇ ਆਗੇ ਉੱਤੇ ਕਈ ਦਾ ਵਟਸਐਪ ਦਾ ਮੈਸੇਜ ਆ ਜਾਂਦਾ ਉੱਪਰ ਸ਼ੋ ਹੋਇਆ ਜਾਂਦਾ ਉਹ ਨੋਟੀਫਿਕੇਸ਼ਨ ਆ ਜਾਂਦੀ ਹੈ ਉਹਦਾ ਪੜ ਕੇ ਜਵਾਬ ਕਿ ਇਧਰ ਆਉਦੇ ਹੋ ਜਾਂਦਾ ਬਾਤ ਚ ਆ ਜਾਂਦਾ ਯਾਰ ਇਹਦਾ ਦੂਜੇ ਨੇ ਮੈਸੇਜ ਦੇਣ ਨੂੰ ਰਿਪਲਾਈ ਕਰਾ ਹੋ ਗਿਆ ਤੇ ਪਤਾ ਚਲਦਾ ਇਸ ਗੁਜਰਾਤ ਬਹੁਤ ਬਿਜ਼ੀ ਰਹਤੇ ਹੈ ਨਾ ਨਾ ਬਹੁਤ ਇਹ ਫੋਨ ਚ ਤਾਂ ਇੰਨਾ ਕੁਝ ਆ ਗਿਆ ਇੰਟਰਨੈਟ ਤੇ ਮਤਲਬ ਕਿ ਜਿਹੜਾ ਜਮੀ ਵਿਲਾ ਬੰਦਾ ਉਹ ਵੀ ਵੀਸੀ ਹੈਗਾ ਸਾਨੂੰ ਤਾਂ ਫੇਰ ਮੜਾ ਮੋਟਾ ਕੰਮ ਹੁੰਦਾ ਹੈਗਾ ਤਾਂ ਬਿਜ਼ੀ ਰਹਿਣਾ ਹੀ ਹੈ ਇਹ ਲੈ ਥਰਡ ਕੁਸ਼ਨ ਕبھی ਐਸਾ ਹੋਇਆ ਕਿ ਕਿਸੇ ਹੋਰ ਨੇ ਗਾਣਾ ਕੀਤਾ ਔਰ ਆਪਕੋ ਲੱਗਾ ਹੋ ਕਿ ਇਹ ਗਾਣਾ ਅਗਰ ਮੈਂ ਕਰਤਾ ਤੋ ਇਸਕੋ ਔਰ ਜ਼ਿਆਦਾ ਅੱਛੇ ਤਰ੍ਹਾਂ ਸੇ ਪਰਫਾਰਮ ਕਰ ਪਾਤਾ ਉਹ ਮਤਲਬ ਕਿ ਹੋਇਆਗਾ ਪਰ ਮਤਲਬ ਕਿ ਹਜੇ ਰਿਲੀਜ਼ ਨਹੀਂ ਹੋਏਗੀ ਤੋ ਕਿਉਂਕਿ ਜਦੋਂ ਸਾਰੇ ਸਾਡੇ ਮਿਲਦੇ ਰਹਿੰਨੇ ਆ ਆਪਸ ਚ ਜਿਹੜੇ ਸਿੰਗਰ ਭਰਾ ਮਿੱਤਰ ਨੇਗੇ ਬੈੰਨੇ ਉੱਠਦੇ ਆ ਫਿਰ ਅਸੀਂ ਇੱਕ ਜਿਵੇਂ ਸੁਣਣ ਨਹੀਂ ਰਹਿੰਨੇ ਆ ਵੀ ਆ ਸੁਣੀ ਆ ਗਾਣਾ ਕੀਤਾ ਆ ਸੁਣੀ ਆ ਗਾਣਾ ਕੀਤਾ ਸੁਣੀ ਆ ਗਾਣਾ ਕੀਤਾ ਹੁਣ ਵੱਡੇ ਦਾ ਗਾਣਾ ਆ ਰਿਹਾ ਇੱਕ ਵੱਡੇ ਗਰੇਵਾਲ ਦਾ ਤੁੰਬੀ ਦੇ ਬੰਦੂਕ ਬਹੁਤ ਸੋਹਣਾ ਗਾਣਾ ਤੇ ਉਹਨੂੰ ਸਾਲ ਡੇਢ ਸਾਲ ਹੋ ਗਿਆ ਮੈਂ ਹੁਣ ਤਾਂ ਚਲੋ ਉਹਨੇ ਸ਼ੂਟ ਕਰ ਲਿਆ ਸਾਰਾ ਕੁਝ ਹੋ ਗਿਆ ਮੈਂ ਬਹੁਤ ਤਰਲੇ ਕਰੇ ਉਹਦੇ ਮੈਂ ਕਿਹਾ ਵੀਰੇ ਮੈਨੂੰ ਗਾਣਾ ਦੇ ਦੇ ਮੈਨੂੰ ਗਾਣਾ ਬਹੁਤ ਵਧੀਆ ਲੱਗਦਾ ਮੈਂ ਕਿਹਾ ਤੂੰ ਮੇਰਾ ਜਿਹੜਾ ਮਰਜ਼ੀ ਗਾਣਾ ਲੈ ਲੈ ਜਿਹੜਾ ਮੈਂ ਕਰਿਆ ਹੋਇਆ ਹੈਗਾ ਉਹ ਤੋਂ ਟਾਪ ਆਉਣਾ ਸੀਗਾ ਮੈਂ ਕਿਹਾ ਭਾਵੇਂ ਤੂੰ ਟਾਪ ਲੈ ਲੈ ਅੱਛਾ ਨਹੀਂ ਕਹਿੰਦਾ ਮੈਂ ਇਹੀ ਕਰੂੰਗਾ ਗਾਣਾ ਦਿੱਤਾ ਨਹੀਂ ਬਹੁਤ ਸੋਹਣਾ ਗਾਣਾ ਉਹ ਉਹ ਸੀਗਾ ਮੈਨੂੰ ਮੈਂ ਕੰਮ ਹੋ ਗਿਆ ਨਾ ਕਦੇ ਐਸਾ ਹੋਆ ਕਿ ਗੁਜੈਜ਼ ਆਪਨੇ ਆਪਣੀ ਫੇਮ ਕਾ ਯੂਜ਼ ਕੀਤਾ ਹੋ ਆਪਣਾ ਕੋਈ ਕੰਮ ਕਰਵਾਉਣੇ ਕੇ ਲੀਏ ਫੇਮ ਦਾ ਬੰਦਾ ਯੂਜ਼ ਕਿਵੇਂ ਕਰ ਸਕਦਾ ਮੈਨੂੰ ਸਮਝ ਨਹੀਂ ਆਇਆ ਨੇਵਰ एनजीओ के अंदर भी कर सकता है देखो ये आप गलत वे में ले गए <laughs> अच्छा चलो नेक्स्ट क्वेश्चन uh, कभी ऐसा हुआ कि uh, एक मूवी देखी हो दो बार उसे समझने के लिए एक ही मूवी दो बार देखी हो कि समझ आना आई हो कि है क्या मूवी में हाँ एक मूवी है मतलब शायद तुम ना देखी हो भी अन्ने घोड़े का दान हाँ नहीं देखी हाँ ये मतलब कि इदा की मूवी हैगी ਤੇ ਇੱਕ ਨੋਵਲ ਤੇ ਬਣੀ ਹੋਈ ਹੈ ਮੂਵੀ ਇਹ ਇਦਾਂ ਦੀ ਮੂਵੀ ਹੈ ਮਤਲਬ ਕਿ ਚਾਰ ਪੰਜ ਵਾਰੀ ਦੇਖਣ ਤੋਂ ਬਾਅਦ ਸਾਰੀ ਮੂਵੀ ਦੇ ਵਿੱਚ ਦੋ ਦੋ ਘੰਟੇ ਦੀ ਮੂਵੀ ਹੋਊਗੀ ਪੰਜਾਬੀ ਮੂਵੀ ਹੈਗੀ ਤੇ ਦੋ ਘੰਟੇ ਦੀ ਮੂਵੀ ਹੋਊਗੀ ਸਾਰੀ ਮੂਵੀ 'ਚ ਵੱਧ ਤੋਂ ਵੱਧ ਚਾਰ ਆ ਪੰਜ ਡਾਇਲੌਗਸ ਨੇ ਸਾਰੀ ਮੂਵੀ ਦੇ ਵਿੱਚ ਤੇ ਉਹ ਦੋ ਤਿੰਨ ਵਾਰ ਮੈਂ ਉਹ ਮੂਵੀ ਦੇਖੀ ਤੇ ਮੂਵੀ ਖਤਮ ਹੋ ਗਈ ਤਿੰਨੇ ਜਣੇ ਬੈਠੇ ਸੀ ਜਮੀ ਸਾਡੇ ਫੇਸ ਬਲੈਂਕ ਵੀ ਇਹ ਪੈਰ ਜਮੀ ਉਲੂਆਂ ਮਿਲਮ ਨਹੀਂ ਸਮਝ ਆਈ ਉਹ ਸਾਡੇ ਪਟਿਆਲੇ ਹੁੰਦਾ ਸੀ ਉਹਦੋਂ ਮੈਂ ਤੇ ਮੈਂ ਯੂਨੀਵਰਸਿਟੀ ਸਾਡਾ ਮਿੱਤਰ ਇੱਕ ਉਹ ਪੰਜਾਬੀ ਦੇ ਪੀ ਐਚ ਡੀ ਕਰਦਾ ਸੀਗਾ ਫਿਰ ਮੈਂ ਉਹਨੂੰ ਸੱਦਿਆ ਮੈਂ ਖਿਆਰ ਇਦਾਂ ਦਾ ਕਰਕੇ ਮੂਵੀ ਸਮਝ ਨਹੀਂ ਆਈ ਕਹਿੰਦਾ ਮੈਂ ਉਹਨਾਂ ਤੇਰੇ ਕੋਲੇ ਉਹ ਵੀ ਮੇਰੇ ਕੋਲੇ ਬੈਠੇ ਆ ਮਤਲਬ ਕਿ ਉਹਨੇ ਫਿਰ ਦੱਸਿਆ ਵੀ ਇਹਦਾ ਮਤਲਬ ਆਹ ਹੈ ਇਹਦਾ ਮਤਲਬ ਇਹਦਾ ਇਹ ਇਦਾਂ ਦਾ ਕਰਕੇ ਉਹ ਫਿਲਮ ਮੈਂ ਫਿਰ ਵੀ ਤੋ ਉਦੋਂ ਬਾਅਦ ਵੀ ਹੁਣ ਵੀ ਕਈ ਵਾਰ ਦੇਖ ਲੈਣਾ ਹੁੰਦਾ ਜਦੋਂ ਫਿਰ ਉਹਨਾਂ ਬਹੁਤ ਸੋਹਣੀ ਮੂਵੀ ਹੈ ਹਾਂ ਬਹੁਤ ਸੋਹਣੀ ਮੂਵੀ ਹੈ ਅੱਛਾ ਅੱਛਾ ਕਦੇ ਐਸਾ ਹੋਇਆ ਕੋ ਜੈਸ ਕਿ ਆਪ ਕੋ ਕਿਸੇ ਫੈਨ ਨੇ ਜਾਂ ਕਿਸੇ ਪਰਸਨ ਨੇ ਲੇ ਲਿਓ ਕਿ ਕੋਈ ਔਰ ਸਿੰਗਰ ਹੈ ਆਪਕੋ ਕਿਸੇ ਔਰ ਸਿੰਗਰ ਦਾ ਨਾਮ ਬੋਲ ਦਿਓ ਕਿ ਆਪ ਇਹ ਇਹ ਹੋ ਨਾ ਕਦੇ ਵੀ ਨਹੀਂ ਕਦੇ ਨਹੀਂ ਹੋਇਆ ਇਸਾ ਮੇਰੇ ਤਾਂ ਡਾਂਕੇ ਟੁੰਕੇ ਲੱਗੇ ਹੋਏ ਨੇ ਮੋ ਦੂਰੋਂ ਹੀ ਪਛਾਣ ਆ ਜਾਂਦੇ ਵੀ ਪੰਜ ਅੱਖ ਤੇ ਪੰਜ ਡਾਂਕੇ ਨੇ ਗਰਜਿਆ ਸੀ ਹੈ ਅੱਛਾ 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 ਨੈਕਸਟ ਕੁਐਸਚਨ ਕਦੇ ਐਸਾ ਹੋ ਕਿ ਟੀਚਰ ਪਰ ਕ੍ਰਸ਼ ਰਹਾ ਹੋ ਕਿਵੇਂ ਕਿਵੇਂ ਟੀਚਰ ਪਰ ਕ੍ਰਸ਼ ਰਹਾ ਹੋ ਟੀਚਰ ਦਾ ਨਾ ਨਹੀਂ ਲੜਕੀ ਵੀ ਨਹੀਂ ਰਹਾ ਨਾ ਉਹ ਸਰ ਮੇਰਾ ਕੀ ਹੋਇਆ ਜਾਂ ਤਾਂ ਬੰਦਾ ਕਰਦਾ ਹੋਵੇ ਜਿੱਦਾਂ ਬੰਦੇ ਕੋਲ ਸਬਜੈਕਟਸ ਹੁੰਦੇ ਨੇ ਵੀ ਇਹ ਉਹ ਸਾਈਕੋਲੋਜੀ ਹੋ ਗਿਆ ਕੈਮਿਸਟਰੀ ਹੋ ਗਿਆ ਇਕਨੋਮਿਕਸ ਹੋ ਗਿਆ ਆ ਪੜਾਉਣਾ ਪਤਾ ਹੈ ਕਿ ਕਹਾ ਪੇ ਸੁੰਦਰ ਟੀਚਰਸ ਹੋਤੀ ਹੈ ਸਾਡੇ ਸਾਡੇ ਸਬਜੈਕਟ ਸੀਗੇ 뮤직 ਵੋਕਲ 뮤직 ਇਨਸਟਰੂਮੈਂਟ ਪੰਜਾਬੀ ਲਿਟਰੇਚਰ ਉਹ ਟੀਚਰ ਇਦਾਂ ਦੇ ਹੁੰਦੇ ਨਹੀਂ ਸੀਗੇ ਵੀ ਕਰਾਸ਼ ਹੋਵੇ ਉਹਨਾਂ ਦੇ ਅੱਛਾ ਅੱਛਾ ਚਲੋ ਨੈਕਸਟ ਕੁਐਸਚਨ ਕਦੀ ਐਸਾ ਹੋਆ ਕਿ ਕੋਈ ਮੂਵੀ ਦੇਖਦੇ ਦੇਖਦੇ ਸੋ ਗਏ ਹੋ ਕਿਉਂਕਿ ਉਹ ਇਤਨੀ ਬੋਰਿੰਗ ਸੀ ਨਾ ਇਦਾਂ ਕਦੇ ਨਹੀਂ ਹੋਇਆ ਇੱਕ ਵਾਰ ਇੱਕ ਮੂਵੀ ਦੇਖਣ ਗਏ ਸੀ ਨਾਂ ਨਹੀਂ ਲੈਂਦੇ ਤੇ ਸੋ ਇਹ ਨਹੀਂ ਸੀ ਉੱਠ ਕੇ ਮਤਲਬ ਕਿ ਇੰਟਰਵਿਊ ਤੋਂ ਪਹਿਲਾਂ ਬਾਹਰ ਆਗੇ ਸੀਗੇ ਅੱਛਾ ਫਿਰ ਆਈ ਹੈਵ ਦਿਖਾ ਦਫਰ ਤੋਂ ਹਾਂ ਕੋਰਿੰਗ ਥੀ ਮਤਲਬ ਅੱਛਾ ਨੈਕਸਟ ਕੁਐਸਚਨ ਕਦੇ ਐਸਾ ਹੋਇਆ ਕਿ ਆਪਣੇ ਪੇਰੈਂਟਸ ਦਾ ਬਰਥਡੇ ਭੁੱਲ ਗਏ ਹੋ ਤੇ ਕਿਉਂਕਿ ਅਸੀਂ ਪਿੰਡਾਂ ਵਾਲੇ ਆ ਇਹ ਮਤਲਬ ਕਿ ਉਹ ਮੇਰੇ ਮਤਲਬ ਕਿ ਪੇਰੈਂਟਸ ਨੂੰ ਜੀ ਪਤਾ ਉਹਨਾਂ ਦਾ ਬਰਥਡੇ ਕਿਦ ਦਿਨ ਹੈਗਾ ਸੋ ਮੈਂ ਭੁੱਲਿਆ ਹੀ ਹੋਇਆ ਪੱਕਾ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਅੱਛਾ ਅੱਛਾ ਨੈਕਸਟ ਕੁਐਸਚਨ ਆਨਸਰ ਆਊਟ ਠੀਕ ਹੈ 올 ਰੈਪਿਡ ਫਾਇਰ ਕੇ ਅੰਦਰ ਖੇਡਾਂਗੇ अगर आपकी लाइफ एक मूवी होती तो उसके पीछे कौन सा गाना हमेशा बजता आपकी लाइफ अगर एक मूवी होती तो कौन सा गाना ऐसा होता जो आपकी मूवी के पीछे हमेशा चलता रहता अच्छा मैं वो गाना करना सीगा कर मान साहब दा हरपजन मान भाई दा कुछ ठहर जंदडीए ठहर हजे मैं और बड़ा कुछ करना वाओ दैट्स वेरी नाइस अच्छा कोई ऐसा मूवी का सीन जो आप कभी नहीं अपनी लाइफ में भूल सकते मूवीयां सारीयां ही बढ़िया खास करके आ ਅ ਜਿਹੜੀ ਪੰਜਾਬ 1984 ਦਲਜੀਤ ਦਸਾਂਝ ਬਾਈ ਹੋਰਾਂ ਦੀ ਮੂਵੀ ਆਈ ਸੀਗੀ ਉਹ ਸਾਰੀ ਮੂਵੀ ਦੀ ਇਦਾਂ ਕੀ ਹੈ ਕਿ ਜਿੰਨੀ ਵਾਰ ਮਰਜ਼ੀ ਦੇਖ ਲੇ ਬੰਦਾ ਕੱਲਾ ਕੱਲਾ ਸੀਨ ਉਹਦਾ ਖਾਸ ਕਰਕੇ ਐਂਡ ਤੇ ਜਦੋਂ ਉਹ ਇੰਸਪੈਕਟਰ ਨੂੰ ਮਾਰ ਕੇ ਘਰੇ ਉਹ ਉੱਚੀ ਉੱਚੀ ਬੋਲ ਕੇ ਆ ਰਹੇ ਹੁੰਦੇ ਨੇ ਉਹ ਚੀਜ਼ਾਂ ਬਹੁਤ ਜ਼ਿਆਦਾ ਮਨ ਨੂੰ ਯਾਦ ਆਉਂਦੀਆਂ ਹੈ ਅੱਛਾ ਕਈ ਵਾਰੀ ਅੱਛਾ ਅ ਐਸਾ ਕੋਈ ਡਾਇਲੌਗ ਜੋ ਆਪ ਬਹੁਤ ਜ਼ਿਆਦਾ ਯੂਜ਼ ਕਰਤੇ ਹੋ ਆਪਣੀ ਰੀਅਲ ਲਾਈਫ ਮੈਂ ਅੱਛਾ ਮੈਨੂੰ ਗੱਲ ਯਾਦ ਆ ਗਈ ਮੈਂ ਨਾ ਪਿੱਛੇ ਜਿਹੋ ਮੂਵੀ ਦੇਖੀ ਇੱਕ ਸੋਨੀ ਕਿਵੇਂ ਸੋਨੂ ਕੇ ਟਿੱਟੂ ਕੀ ਸਵੀਟੀ ਹਾਂ ਤੇ ਉਹ ਚੀਜ਼ ਮੇਰੇ ਇਹੋ ਜਿਹੇ ਦਿਮਾਗ 'ਚ ਬੈਠੀ ਤੇ ਮੈਂ ਬੋਲਦਾ ਵੀ ਉਹਨੂੰ ਮਤਲਬ ਕਿ ਸ਼ਤਰੂਗਨ ਸਿੰਘ ਨਾਲ ਸਾਹਬ ਦੀ ਮਤਲਬ ਇਹ ਬਾਤ 'ਚ ਤੇ ਮੈਂ ਜਦੋਂ ਵੀ ਮੇਰੇ ਜਿਹੜੇ ਮਿੱਤਰ ਨੇ ਮੇਰੇ ਨੰਬਰ ਤੇ ਆਉਣ ਹੁੰਦਾ ਹੈਗਾ ਮੈਂ ਹੈਲੋ ਨਹੀਂ ਕਹਦਾ ਮੈਂ ਕਹਿੰਦਾ ਸੋਨੂ ਕੇ ਟਿੱਟੂ ਕੀ ਸਵੀਟੀ ਉਹ ਐਨੇ ਜ਼ਿਆਦਾ ਆਕੇ ਹੋਏ ਨੇ ਮੇਰੇ ਤੋਂ ਹੋ ਗਿਆ ਕਹਿੰਦੇ ਵੀ ਇਹਦਾ ਖਹਿੜਾ ਛੱਡਦੇ ਹੁਣ ਮੈਂ ਫੇਰ ਕਹਿੰਦਾ ਸੋਨੂ ਕੇ ਟਿੱਟੂ ਕੀ ਸਵੀਟੀ ਕਿ ਰਿਆ अच्छा ये वो चल रहा है आजकल ओके okay. तो कभी अगर आप कभी डीजे बनो तो आप अपना नाम क्या रखोगे डीजे गुजास मत बोलना प्लीज नहीं एक अच्छा सा और कोई नाम सोचो डीजे गुरुदीप रख लेंगे फिर थोड़ा बाप <laughs> सोना चाह जाएंगे <laughs> नहीं तो गुजास ठीक है <laughs> गुजास ठीक <थी कर>। है <laughs> अच्छा ऐसी कौन सी मूवी है जिसका आप चाहते हो कि सीक्वल बने सारिया ही सोहनिया मूविया वादिया ने सारिया ਆ ਬੰਨ ਰਿਹਾ ਹੈ ਉਹਦਾ ਸਿੰਘਮ ਦਾ ਬੰਨ ਰਿਹਾ ਪਰਮੇਸ਼ਵਰ ਗਾਈ ਕਰ ਰਿਹਾ ਉਹ ਜਲਦੀ ਜਲਦੀ ਆ ਜਾਵੇ ਵੀਰੇ ਦੀ ਸਿਹਤ ਜਲਦੀ ਠੀਕ ਹੋ ਜਾਵੇ ਜਲਦੀ ਆ ਜਾਵੇ ਅੱਛਾ ਕਭੀ ਐਸੀ ਆਪਨੇ ਕੋਈ ਅਨਪ੍ਰੋਫੈਸ਼ਨਲ ਚੀਜ਼ ਹੋਤੀ ਹੋਈ ਦੇਖੀ ਹੋ ਜੋ ਆਪਕੋ ਲਗਾ ਹੋ ਕਿ ਇਹ ਚੀਜ਼ ਨਹੀਂ ਹੋਣੀ ਚਾਹੀਏ ਇੰਡਸਟਰੀ ਮੇਂ ہماری ਬਹੁਤ ਕੁਸ਼ਾ ਕਿਉਂਕਿ ਜਦੋਂ ਵੀ ਨਵਾਂ ਬੰਦਾ ਆਉਂਦਾ ਕੋਈ ਥੋੜੀ 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 ਪ੍ਰੋਫੈਸ਼ਨਲ ਹੁੰਦਾ ਅਸੀਂ ਵੀ ਆਏ ਸੀਗੇ ਜਦੋਂ ਅਸੀਂ ਵੀ ਪ੍ਰੋਪਰ ਪ੍ਰੋਫੈਸ਼ਨਲ ਨਹੀਂ ਸੀਗੇ ਹੋ ਸਕਦਾ ਹੁਣ ਵੀ ਨਾ ਕਈ ਕੰਮਾਂ ਚ ਹੋਈਏ ਗੁਜਰਾਸ ਆਪਨੇ ਲਾਸਟ ਕੀ ਖਾਇਆ ਥਾ ਹੁਣ ਹੂੰ लास्ट अभी अब क्या खाया मैं तड़ी चार दिन और बिस्कुट खा के आया ओके नेक्स्ट क्वेश्चन ऐसी कोई चीज जो लोग बहुत ज्यादा सीरियसली लेते हैं पर आपको लगता है कि उन्हें सीरियसली नहीं लेनी चाहिए कोई भी चीज है मतलब कि सीरियसली लेनी चाहिए दी आपके काम को अपने प्रोफेशन को बंदा सीरियस लेके रखे कई बार ऐसे मजाक सा चल रहा होता है आपको लगता है कि आपने मजाक किया तो लोग उस चीज को बहुत ज्यादा सीरियसली लेते हैं ਬੜਾ ਕੋ ਲੈਤੇ ਨਹੀਂ ਲੈਣੀ ਚਾਹੀਏ ਕਈ ਵਾਰ ਫਰੈਂਡ ਮੇਰਾ ਤਾਂ ਮੇਰਾ ਫਰੈਂਡ ਸਰਕਲ ਬੜਾ ਲਿਮਟਡ ਹੈਗਾ ਮੈਂ ਮਤਲਬ ਕਿ ਬੜਾ ਘੱਟ ਫਿਰਕੇ ਹੋਰ ਉਰਾਂ ਪਰ ਬੜਾ ਰਾਜ ਹੀ ਨਹੀਂ ਹੈਗਾ ਬੰਦੇ ਸਾਡੇ ਪੰਜ ਸੱਤ 10 ਕੋਹੀ ਨੂੰ ਉਹਨਾਂ ਨੂੰ ਪਤਾ ਹੀ ਹੈ ਵੀ ਇਹਦਾ ਇਹ ਐਵੇਂ ਇਹ ਐਵੇਂ ਕੋਈ ਵੀ ਗੱਲ ਆਪਾਂ ਯਾਰੀ ਮਿੱਤਰਾਂ ਚ ਬਹਿਨੀਆ ਚਲੋ ਲੋਕਾਂ ਦੀ ਗੱਲ ਕਰ ਦਨੇ ਆ ਮਤਲਬ ਮਜ਼ਾਕ ਕਰਦੇ ਰਹਿੰਨੇ ਪਹਿਲੀ ਗੱਲ ਤਾਂ ਆਪਾਂ ਨੂੰ ਇਦਾਂ ਦਾ ਕੋਈ ਮਜ਼ਾਕ ਨਹੀਂ ਕਰਨਾ ਚਾਹੀਦਾ ਜਿਹੜਾ ਕਿਸੇ ਨੂੰ ਹਰਟ ਕਰੇ ਤੇ ਤੇ ਜੇ ਕੋਈ ਮਡੇ ਮੋਟੇ ਮਜ਼ਾਕ ਕਰਦਾ ਵੀ ਗੁੱਸਾ ਗੱਲਾ ਵੀ ਨਹੀਂ ਕਰਨਾ ਚਾਹੀਦਾ ਤੇ ਸਭ ਤੋਂ ਜਿਹੜੀ ਮੇਨ ਚੀਜ਼ ਮੈਂ ਕਹਿਣੀ ਚਾਹੁੰਨਾਗਾ ਜਿਹੜੇ ਆਪਣੇ ਗਾਣੇ ਆਉਂਦੇ ਨੇ ਉਹ ਸਿਰਫ ਐਂਟਰਟੇਨਮੈਂਟ ਹੈ ਤੇ ਉਹਨੂੰ ਜ਼ਿਆਦਾ ਸੀਰੀਅਸ ਨਾ ਲਓ ਜਿਹੜਾ ਵਧੀਆ ਲੱਗਦਾ ਸੁਣੋ ਜਿਹੜਾ ਵਧੀਆ ਨਹੀਂ ਲੱਗਦਾ ਉਹਨੂੰ ਪਾਸੇ ਕਰੋ ਟੈਨਸ਼ਨ ਨਾ ਲਓ ਉਹਨੇ ਕੀ ਗਾਤਾ ਇਹਨੇ ਕੀ ਗਾਤਾ ਜ਼ਿੰਦਗੀ ਨਜ਼ਾਰੇ ਲਵੋ ਜ਼ਿੰਦਗੀ ਦੇ ਤੇ ਤਾਂ ਥੈਂਕ ਯੂ ਸੋ ਮੱਚ ਗੁਰਜਾਇਸ ਹਮਾਰੇ ਸ਼ੋ ਉਪਰ ਆਨੇ ਕੇ ਲਈ ਹਮੇ ਆਪਣਾ ਟਾਈਮ ਦੇਨੇ ਕੇ ਲਈ ਥੈਂਕ ਯੂ ਮੈਮ ਥੈਂਕ ਯੂ ਤੁਸੀਂ ਸਾਡੇ ਆते जाते आप ਕੀ ਕਹਿਣਾ ਚਾਹੋਗੇ ਹਮਾਰੇ ਵਿਊਅਰਸ ਕੋ ਮੈਂ ਕਹਿੰ ਬਹੁਤ ਸੋਹਣਾ ਸ਼ੋਅ ਆ ਥੈਂਕ ਯੂ ਸੋ ਮਚ ਤੁਸੀਂ ਇਹਨਾਂ ਟਾਈਮ ਕੱਢ ਕੇ ਸਾਡਾ ਸ਼ੋਅ ਦੇਖਿਆ ਕਿਉਂਕਿ ਹੁਣ ਮੈਂ ਅਸੀਂ ਵੀ ਹਿੱਸਾ ਇਹਨਾਂ ਦਾ ਇਹਨਾਂ ਦੇ ਸ਼ੋਅ ਦਾ ਤੇ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਵਾਈਗੁਰੂ ਕਰੇ ਆ ਚੈਨਲ ਆ ਸ਼ੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਐਸਟਿਕਾ ਤੋਂ ਮਿਲेंगे ਅਗਲੇ ਐਪੀਸੋਡ ਮੇ ਟਿਲ ਦੈਨ ਬੀ ਹੈਪੀ ਐਂਡ ਸਟੇ ਇਨ ਸਵਾਗ